ਅੱਜ ਪੰਜਾਬ ਬਦਲਿਆ ਚੋਣ ਨਤੀਜਿਆਂ ਤੋਂ ਬਾਅਦ ਪਾਰਟੀਆਂ ਵੱਖਰੇ ਵੱਖਰੇ ਤਰੀਕੇ ਨਾਲ ਇਹਨੂੰ ਇੰਟਰਪ੍ਰੈਟ ਕਰ ਰਹੀਆਂ ਨੇ। ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਹੁਲਾਸ ਹੈ, ਖੁਸ਼ੀ ਆ, 13 ਸੀਟਾਂ 'ਚੋਂ ਸਿਰਫ 3 ਸੀਟਾਂ ਜਿੱਤਣ ਤੇ ਬਾਅਦ ਜਿਹੜੀ ਇੱਕ ਮੁਸ਼ਕਲ ਬਣੀ ਹੋਈ ਸੀਗੀ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਹੁੰਦਿਆਂ, 91 MLA ਤੇ ਹੁੰਦਿਆਂ, ਹੁਣ ਇੱਕ ਵਾਰੀ ਜਲੰਧਰ ਵੈਸਟ ਜਿੱਤ ਕੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਤਾਂ ਉਹ ਖੁਸ਼ੀ ਹੈਗੀ ਆ। ਕਾਂਗਰਸ ਬੈਕਫੁੱਟ ਤੇ ਆ, ਕਾਂਗਰਸ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਹੈ ਕਿ ਜਲੰਧਰ ਚਰਨਜੀਤ ਸਿੰਘ ਚੰਨੀ ਨੇ ਰਿਕਾਰਡ ਵੋਟਾਂ ਨਾਲ ਜਿੱਤਿਆ ਤੇ ਉਸ ਤੋਂ ਬਾਅਦ ਇਸੇ ਹਲਕੇ ਦੇ ਵਿੱਚ ਉਹਨਾਂ ਨੂੰ 1 ਨੰਬਰ ਤੋਂ 3ਜੇ ਨੰਬਰ ਤੇ ਆਉਣਾ ਪਿਆ ਤੇ ਉਹਨਾਂ ਦੇ ਲੀਡਰਸ਼ਿਪ ਦੇ ਵਿੱਚ ਕਿਹੋ ਜਿਹੀ ਕਸ਼ਮਕਸ਼ ਹੈ ਆਪਾਂ ਉਹਦੇ ਤੇ ਵੀ ਜਾਣੇ ਆ। ਅਕਾਲੀ ਦਲ ਨੂੰ ਲੈ ਕੇ, ਅਕਾਲੀ ਦਲ ਵੀ ਇੱਥੇ ਦੋ ਧਾਰੀ ਤਲਵਾਰ ਸੀ ਇੱਕ ਤਰ੍ਹਾਂ ਨਾਲ ਉਹਨਾਂ ਲਈ ਇਹ ਚੋਣ, ਔਰ ਜਿੱਥੇ ਉਹਨਾਂ ਨੂੰ ਤੱਕੜੀ ਚੋਣ ਨਿਸ਼ਾਨ ਤੋਂ ਪਿੱਛੇ ਹਟਣਾ ਪਿਆ, ਸੁਖਬੀਰ ਖੇਮੇ ਨੂੰ ਤੱਕੜੀ ਚੋਣ ਨਿਸ਼ਾਨ ਤੇ ਲੜ ਰਹੀ ਬੇਬੀ ਸਰਜੀਤ ਕੌਰ ਬਿਹਤਰ ਕਰ ਗਈ, ਜਿੱਥੇ ਸੁਖਬੀਰ ਸਿੰਘ ਬਾਦਲ ਮਦਦ ਕਰ ਰਹੇ ਸੀ, ਇਹ ਵੀ ਬੜਾ ਅਹਿਮ ਵਰਤਾਰਾ ਹੈ। ਸੋ ਆਪਾਂ ਸਾਰੇ ਮਾਮਲੇ ਸਮਝਦੇ ਹਾਂ। ਬੀਜੇਪੀ ਨੇ ਇੱਕ ਵਾਰੀ ਫਿਰ ਨੌਕ ਕੀਤਾ, ਉਹਨਾਂ ਦੇ ਕੈਂਡੀਡੇਟ ਤੇ ਕੁਝ ਆਗੂ ਲੜਾਕੂ ਤਰੀਕੇ ਨਾਲ ਪੇਸ਼ ਹੋਏ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਲੜ ਕੇ ਆਪਣੀ ਹੋਂਦ ਵੱਡੀ ਕਰ ਸਕਦੇ ਹੋ, ਇਹ ਸਾਰੇ ਸਵਾਲ ਨੇ। ਉਧਰ ਕੱਲ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਕਾਫੀ ਝਟਕਾ ਮਿਲਿਆ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਹਾਈਵੇ ਬੰਦ ਕਿਵੇਂ ਕਰ ਸਕਦੇ ਹੋ। ਖੈਰ, ਕਿਸਾਨੀ ਨੂੰ ਇੱਕ ਰਾਹਤ ਹੈ ਔਰ ਹਰਿਆਣਾ ਸਰਕਾਰ ਨੂੰ ਹੁਣ ਕੋਈ ਬਹੁਤੇ ਬਦਲ ਨਹੀਂ ਬਚੇ, ਉਹਨਾਂ ਨੂੰ ਉਹ ਰਸਤਾ ਖੋਲ੍ਹਣਾ ਪੈਣਾ ਸ਼ੰਭੂ ਵਾਲਾ। ਸਭ ਤੋਂ ਪਹਿਲਾਂ ਸੱਤਾ ਜਗਤਾਰ ਸਿੰਘ ਜੀ, ਜੇਕਰ ਚੋਣ ਨਤੀਜੇ ਪੰਜਾਬ ਦੇ ਨਜ਼ਰੀਏ ਤੋਂ ਦੇਖੀਏ, ਜਲੰਧਰ ਵੈਸਟ ਇੱਕੋ ਇੱਕ ਜ਼ਿਮਨੀ ਚੋਣ ਸੀ, 4 ਅਜੇ ਪੈਂਡਿੰਗ ਨੇ। ਵੈਸੇ ਤਾਂ ਦੇਸ਼ ਦੇ ਵਿੱਚ ਨਤੀਜੇ ਹੈਰਾਨੀਜਨਕ ਆਏ ਆ, ਉੱਤਰਾਖੰਡ ਦੀ ਗੱਲ ਕਰੀਏ। ਔਰ ਜੇ ਮੈਂ ਤੁਹਾਨੂੰ ਪੰਜਾਬ ਤੋਂ ਬੇਨਤੀ ਕਰਾਂ ਸ਼ੁਰੂ ਕਰਨ ਲਈ, ਇੱਥੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਆ। ਜਿੱਤ ਦਰਜ ਕਰਨ ਦੀ ਆਸ ਸਭ ਨੂੰ ਸੀ, ਉੱਥੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਸਾਰਾ ਕੋਈ ਦਾਅ ਤੇ ਲਾਤਾ ਸੀ। ਏਡੀ ਵੱਡੀ ਜਿੱਤ ਸ਼ਾਇਦ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਨਾ ਹੋਵੇ। ਦੂਜੀਆਂ ਪਾਰਟੀਆਂ ਮੁਲਾਂਕਣ ਕਰਨਗੀਆਂ ਤੇ ਕੀ ਕਰਨਗੀਆਂ। ਜੇ ਇਸ ਵੇਲੇ ਸਾਰੀ ਸਥਿਤੀ ਨੂੰ ਨਿਹਾਰਿਆ ਜਾਵੇ, ਇੰਜ ਲੱਗਦਾ ਜਿਵੇਂ ਪੂਰੀ ਦੀ ਪੂਰੀ ਇਲੈਕਸ਼ਨ ਮੁੱਖ ਮੰਤਰੀ ਲੁੱਟ ਕੇ ਲੈ ਗਏ। ਕੀ ਕਹਿੰਦੇ ਹੋ? ਪੰਜਾਬ ਦੇ ਲੋਕ ਅੱਜ ਕੱਲ ਬੜਾ ਕਮਾਲ ਦਾ ਚਮਤਕਾਰ ਦਿਖਾਉਂਦੇ ਆ। 22 ਦੇ ਇਲੈਕਸ਼ਨ ਦੇ ਵਿੱਚ ਵੀ, ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਵੀ ਹੋਇਆ, ਜਿਵੇਂ ਖਡੂਰ ਸਾਹਿਬ ਔਰ ਫਰੀਦਕੋਟ ਹਲਕੇ ਦੇ ਵਿੱਚ ਰਿਸਪਾਂਸ ਲੋਕਾਂ ਨੇ ਅਲੱਗ ਤਰ੍ਹਾਂ ਦਾ ਦਿੱਤਾ, ਤੇ ਉਸ ਤਰ੍ਹਾਂ ਹੀ ਹੁਣ ਜਿਹੜਾ ਇਹ ਮਾਰਜਨ ਹੈ, ਮੇਰੇ ਵਾਸਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈ ਉਹ ਇੰਨੀ ਇੰਪੋਰਟੈਂਟ ਨਹੀਂ ਹੈ ਜਿੰਨਾ ਇਸ ਸੀਟ ਦਾ ਮਾਰਜਨ ਕਾਰਨ ਹੈ ਉਹਦਾ। ਲੋਕ ਸਭਾ ਇਲੈਕਸ਼ਨ ਦੇ ਵਿੱਚ ਜੀ ਥੋੜ੍ਹੀ ਦੇਰ ਪਹਿਲਾਂ ਹੀ ਹੋਈ ਹੈ, ਕੋਈ ਬਹੁਤੀ ਦੇਰ ਹੀ ਨਹੀਂ ਹੋਈ। ਇਸ ਸੈਗਮੈਂਟ ਦੇ ਵਿੱਚੋਂ ਕਾਂਗਰਸ ਟੌਪ ਤੇ ਸੀ ਜੀ, ਤੇ ਆਮ ਆਦਮੀ ਪਾਰਟੀ ਬਹੁਤ ਥੱਲੇ 3ਜੇ ਨੰਬਰ ਤੇ, 15,000 ਵੋਟਾਂ ਸੀਗੀਆਂ ਆਲਮੋਸਟ, ਜਾਂ ਸ਼ਾਇਦ ਗੈਪ ਸੀ, ਮੈਨੂੰ ਐਗਜੈਕਟ ਮੇਰੇ ਦਿਮਾਗ ਤੋਂ ਨਿਕਲ ਗਿਆ, 15,000 ਦਿਮਾਗ 15,000 ਕੁਝ ਸੀਗੀ। ਹਾਂਜੀ, 15,000 ਕੁਝ ਸੀਗੀ। ਤੇ ਉਸ ਸਿਚੁਏਸ਼ਨ ਤੋਂ ਇਹ ਰਿਵਰਸਲ ਹੋਈ ਹੈ, ਤੇ ਮੈਨੂੰ ਹੈਰਾਨੀ ਨਾਲ ਇਹ ਵੀ ਹੈ ਵੀ ਕਾਂਗਰਸ ਇੱਕਦਮ ਇੰਨੇ ਡਾਊਨ ਕਿਵੇਂ ਆ ਗਈ। ਪੰਜਾਬ ਦੇ ਵਿੱਚ ਲੋਕ ਸਭਾ ਦੇ ਵਿੱਚ ਸਭ ਤੋਂ ਵੱਡਾ ਮਾਰਜਨ ਸੀਗਾ ਵਿਨਿੰਗ ਕੈਂਡੀਡੇਟ ਦਾ ਖਡੂਰ ਸਾਹਿਬ ਤੋਂ, ਅੰਮ੍ਰਿਤਪਾਲ ਸਿੰਘ ਹੋਰਾਂ ਦਾ। ਦੂਜਾ ਵੱਡਾ ਮਾਰਜਨ ਸੀਗਾ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ, ਕਾਂਗਰਸ ਰਿਜ਼ਰਵ ਸੀਟ ਹੈ, ਤੇ ਵੈਸਟ ਇਸ ਅਸੈਂਬਲੀ ਸੈਗਮੈਂਟ ਚੋਂ ਉਹ ਟਾਪ ਕਰ ਰਹੇ ਸੀਗੇ। ਹੁਣ ਕਾਂਗਰਸ 3ਜੇ ਨੰਬਰ ਤੇ ਪੁਸ਼ ਹੋ ਗਈ। ਅਸਲੀ ਕਹਾਣੀ ਇਹਦੇ ਵਿੱਚ ਹੈ ਵੀ ਜੇ ਕਾਂਗਰਸ ਇੰਨੀ ਥੱਲੇ ਨਾ ਆਉਂਦੀ ਤੇ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਮਾਰਜਨ ਇੰਨਾ ਜ਼ਿਆਦਾ ਨਾ ਹੁੰਦਾ।
ਇਹ ਹੁਣ ਕਾਂਗਰਸੀਆਂ ਨੇ ਆਪਣੀ ਸਵੈ ਪੜਚੋਲ ਕਰਨੀ ਹੈ, ਜ਼ੋਰ ਵੀ ਬੜਾ ਲਾਇਆ ਇਹਨਾਂ ਨੇ ਸਾਰਿਆਂ ਨੇ ਉੱਥੇ ਲੱਗੇ ਰਹੇ ਤੇ, ਲੇਕਿਨ ਫਿਰ ਵੀ ਬੀਜੇਪੀ ਦਾ ਅੰਗੁਰਾਲ ਇਹਨਾਂ ਤੋਂ ਉੱਪਰ ਚਲਾ ਗਿਆ, ਜਿਹੜਾ ਪਹਿਲਾਂ ਲੱਗ ਰਿਹਾ ਸੀ ਕਿ ਤੀਜੇ ਨੰਬਰ 'ਤੇ ਜਾਏਗਾ ਅਤੇ ਕੁਛ ਰਾਊਂਡਸ ਤੋਂ ਬਾਅਦ ਉਹ ਅੱਗੇ ਹੋ ਗਏ। ਮੁੱਖ ਮੰਤਰੀ ਨੇ ਇਹਨੂੰ ਐਸ ਚੈਲੇਂਜ ਲਿਆ ਸੀਗਾ, ਜਦੋਂ ਖਾਸ ਕਰਕੇ ਇੱਕ ਖਬਰ ਛਪੀ ਕਿ ਇਹਨਾਂ ਦੇ ਸੈਕਟਰੀ ਆਰਗੇਨਾਈਜੇਸ਼ਨ ਜਨਰਲ ਸੈਕਟਰੀ ਸੰਦੀਪ ਪਾਠਕ, ਉਹਨਾਂ ਨੇ ਕਮੇਟੀ ਬਣਾਤੀ ਹੈ ਅਤੇ ਉਹਨਾਂ ਨੇ ਕਿਹਾ ਵੀ ਅਖੀਰਲੇ ਦੋ ਦਿਨ ਆ ਕੇ ਮੁੱਖ ਮੰਤਰੀ ਕੰਪੇਨ ਕਰਨਗੇ ਅਤੇ ਬਾਕੀ ਉਹ ਸੰਭਾਲਣਗੇ। ਚੈਲੇਂਜ ਇਹ ਸੀਗਾ। ਇਹ ਹੋ ਸਕਦਾ ਪਾਰਟੀ ਦੇ ਵਿੱਚ ਅੰਦਰ ਜਿਹੜੀ ਕਸ਼ਮਕਸ਼ ਪਾਵਰ ਸਟਰਗਲ ਚੱਲ ਰਹੀ ਸੀ ਉਹਦਾ ਪਾਰਟ ਹੋਵੇ, ਅਤੇ ਉਹਨੇ ਕਈ ਤਰ੍ਹਾਂ ਦੀਆਂ ਕਿਆਸਰਾਜੀਆਂ ਨੂੰ ਜਨਮ ਦਿੱਤਾ ਸੀਗਾ ਜੀ। ਸੋ ਮੁੱਖ ਮੰਤਰੀ ਨੇ ਉਦੋਂ ਨਾਲ ਹੀ ਐਲਾਨ ਕਰਤਾ, ਹੁਸ਼ਿਆਰਪੁਰ ਐਲਾਨ ਕੀਤਾ ਸੀਗਾ ਕਿ ਨਹੀਂ ਬਈ ਮੈਂ ਆ ਰਿਹਾ ਜਲੰਧਰ ਅਤੇ ਮੈਂ ਕਰ ਲੈ ਰਿਹਾ ਉੱਥੇ। ਹੁਣ ਉਹ ਸਟ੍ਰੈਟਜੀ ਦੇ ਕਿਤੋਂ ਪਰੰਤੂ ਜੋ ਮਰਜ਼ੀ ਕਰੀ ਚੱਲੋ, ਲੇਕਿਨ ਗੱਲ ਹੁੰਦੀ ਵੀ ਐਂਡ ਰਿਜ਼ਲਟ ਉਹਦਾ ਕੀ ਹੋਇਆ। ਐਂਡ ਰਿਜ਼ਲਟ ਇੱਕ ਰਿਕਾਰਡ ਮਾਰਜਨ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਮਿਲਿਆ, ਅਤੇ ਇਸ ਮਾਰਜਨ ਦੇ ਨਾਲ ਜਿਹੜੀ ਪਾਰਟੀ ਕੁਛ ਮਹੀਨੇ ਪਹਿਲਾਂ ਨੰਬਰ ਇੱਕ 'ਤੇ ਸੀ, ਨੰਬਰ ਤੀਜੇ 'ਤੇ ਚਲੀ ਗਈ। ਦੂਸਰਾ ਪਾਸਾ ਇਹਦਾ ਉਹ ਵੀ ਇੰਨਾ ਹੀ ਇੰਪੋਰਟੈਂਟ ਹੈ, ਰਾਦਰ ਉਹ ਵੀ ਇਤਿਹਾਸ ਦੇ ਵਿੱਚ ਇੱਕ ਨਵਾਂ ਮਾਈਲ ਸਟੋਨ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਕੈਂਡੀਡੇਟ ਨੂੰ ਸਿੰਬਲ ਅਲਾਟ ਕਰਕੇ ਬਾਅਦ ਦੇ ਵਿੱਚ ਡਿਸਓਨ ਕਰਤਾ, ਅਤੇ ਨਾਲ ਇੱਕ ਹੋਰ ਪਾਰਟੀ ਜਿਹਦਾ ਨਾਂ ਬਹੁਜਨ ਪਾਰਟੀ ਹੈ, ਬਹੁਜਨ ਸਮਾਜ ਪਾਰਟੀ ਹੈ, ਉਹਨੂੰ ਆਪਣੀ ਸਪੋਰਟ ਐਕਸਟੈਂਡ ਕਰਤੀ। ਹੁਣ ਕੈਂਡੀਡੇਟ ਤਾਂ ਖੜਾ ਸੀਗਾ ਅਤੇ ਸਿੰਬਲ ਉਸ ਤੋਂ ਬਾਅਦ ਵਾਪਸ ਨਹੀਂ ਸੀ ਲਿਆ ਜਾ ਸਕਦਾ ਅਫੀਸ਼ੀਅਲ। ਹੁਣ ਵੀ ਜਿਹੜਾ ਰਿਜ਼ਲਟ ਆਇਆ ਅੱਜ ਲਗਾਤਾਰ ਟੀਵੀ 'ਤੇ ਸ਼੍ਰੋਮਣੀ ਅਕਾਲੀ ਦਲ ਚੱਲ ਰਿਹਾ ਸੀਗਾ ਜੀ। ਇਹ ਕਿਸੇ ਨੇ ਨਹੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬੀ ਐਸ ਪੀ ਨੂੰ ਸਪੋਰਟ ਕੀਤਾ ਸੀ, ਕਿਉਂਕਿ ਸਿੰਬਲ ਤਕੜੀ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਰਿਕਾਰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਣਾ। ਮੇਰਾ ਖਿਆਲ ਹੈ ਜਿਹੜੀ ਇਹ ਇਸ ਵੇਲੇ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਹ ਇਸ ਗੱਲ ਨੂੰ ਹੋ ਸਕਦਾ ਓਵਰਲੋਕ ਕਰਕੇ ਹੋਣ ਜਾਂ ਉਹਨਾਂ ਨੇ ਬਾਦਰ ਹੀ ਨਹੀਂ ਕੀਤਾ ਜੀ। ਹੁਣ ਰਿਕਾਰਡ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਉਹ ਹੈ ਜਿਹਨੂੰ ਇਹਨਾਂ ਨੇ ਡਿਸਓਨ ਕਰਤਾ ਸੀਗਾ, ਅਤੇ ਉਸ ਕੈਂਡੀਡੇਟ ਦੀ ਕੰਪੇਨ ਚਲਾਈ ਜਿਹਨੂੰ ਅਸੀਂ ਬਾਗੀ ਧੜਾ ਕਹਿੰਦੇ ਹਾਂ, ਖਾਸ ਕਰਕੇ ਬੀਬੀ ਜਗੀਰ ਕੌਰ ਨੇ ਅੱਗੇ ਲੱਗ ਕੇ ਪਰਸਨਲੀ ਅੱਗੇ ਲੱਗ ਕੇ। ਮੇਰੇ ਵਾਸਤੇ ਇਹ ਇੰਪੋਰਟੈਂਟ ਨਹੀਂ ਹੈ ਕਿ ਉਹਨੂੰ ਵੋਟਾਂ ਕਿੰਨੀਆਂ ਪਈਆਂ, ਮੇਰੇ ਵਾਸਤੇ ਇਹ ਇੰਪੋਰਟੈਂਟ ਹੈ ਕਿ ਸੁਰਜੀਤ ਕੌਰ ਨੂੰ ਵੋਟਾਂ ਜਿਸ ਕੈਂਡੀਡੇਟ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਾਅਦ ਵਿੱਚ ਸਪੋਰਟ ਕੀਤਾ ਬੀ ਐਸ ਪੀ ਦਾ, ਉਹਦੇ ਨਾਲੋਂ ਜ਼ਿਆਦਾ ਪਈਆਂ ਜੀ। ਅਤੇ ਜੇ ਆਪਾਂ ਥੋੜ੍ਹੇ ਜਿਹਾ ਲਾਈਟਲੀ ਗੱਲ ਕਰ ਲਈ ਹੋਵੇ ਨਾ, ਤੁਸੀਂ ਆਪਾਂ ਕਹਿ ਸਕਦੇ ਕਿ ਬੀਬੀ ਜਗੀਰ ਕੌਰ ਨੇ ਆਪਣੇ ਸੁਖਬੀਰ ਸਿੰਘ ਬਾਦਲ ਨੂੰ ਹਰਾਤਾ ਬਣਦਾ ਦੇ। ਮੈਂ ਲਾਈਟਰ ਵੇਨ 'ਚ ਗੱਲ ਕਰ ਰਿਹਾ, ਰਿਕਾਰਡ 'ਤੇ ਵੀ ਹੈ। ਇੱਕ ਤਾਂ ਲਾਈਟਰ ਵੇਨ ਹੈ, ਇੱਕ ਰਿਕਾਰਡ ਦਾ ਪਾਰਟ ਹੈ, ਕਿਉਂਕਿ ਸਾਰਾ ਕੁਛ ਰਿਕਾਰਡ 'ਤੇ ਹੈ। ਇਹਨਾਂ ਨੇ ਕਿਹਾ ਕਿ ਅਸੀਂ ਬੀ ਐਸ ਪੀ ਨੂੰ ਆਪਣੀ ਸਪੋਰਟ ਦੇ ਦਿੱਤੀ। ਸੋ ਇਹਦੀ ਸਿੱਧੀ ਇੰਟਰਪ੍ਰੀਟੇਸ਼ਨ ਹੈ ਰੰਧਾਵਾ ਜੀ ਕਿ ਬੀਬੀ ਜਗੀਰ ਕੌਰ ਨੇ ਕ੍ਰੂਸ਼ਲ ਮੌਕੇ 'ਤੇ ਸੁਖਬੀਰ ਸਿੰਘ ਬਾਦਲ ਨੂੰ ਹਰਾਤਾ, ਜਿਸ ਵੇਲੇ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਹੋਣੀ ਹੈ ਸਾਰਿਆਂ ਦੀ, ਉੱਥੇ ਐਪਲੀਕੇਸ਼ਨ ਦਿੱਤੀ ਵੀ ਇਹਨਾਂ ਨੇ ਮਾਫ਼ੀਨਾਮਾ ਜਗੀਰ ਕੌਰ ਹੋਰਾਂ ਨੇ, ਅਤੇ ਉਹਦੇ 'ਚ ਅਕਿਊਜ਼ ਸੁਖਬੀਰ ਸਿੰਘ ਬਾਦਲ ਹੈ। ਉਸ ਵੇਲੇ ਸੁਖਬੀਰ ਸਿੰਘ ਬਾਦਲ ਦੀ
ਅਫੀਸ਼ੀਅਲੀ ਹਾਰ ਹੋਈ ਹੈ ਬੀਬੀ ਜਗੀਰ ਕੌਰ ਤੋਂ, ਇਹਨੂੰ ਮੈਂ ਲੈਟਰ ਵੇਚ ਲੈ ਰਿਹਾ, ਭਾਵੇਂ ਤੁਸੀਂ ਸੀਰੀਅਸਲੀ ਲੈ ਲਓ, ਸੀਰੀਅਸਲੀ ਲਿਆ ਜਾ, ਸੀਰੀਅਸਲੀ ਲੈਣਾ ਰਿਕਾਰਡ ਦਾ ਪਾਰਟ ਹੈ ਜੀ, ਅਸਲੀਅਤ ਇਹ ਹੈ। ਸੋ ਇਹ ਰਿਜ਼ਲਟ ਦੋਵੇਂ ਪਾਸਿਓਂ ਦਿਲਚਸਪ ਹੈ, ਹੇਠਲੇ ਪਾਸਿਓਂ ਵੀ ਔਰ ਟੌਪ ਵਾਲੇ ਪਾਸਿਓਂ ਵੀ। ਤਾਂ ਇਤਿਹਾਸ ਜਿਹੜਾ ਹੇਠਲਾ ਪਾਰਟ ਹੈ ਉਹਨੇ ਬਣਾਇਆ, ਉੱਪਰਲੇ ਪਾਰਟ ਨੇ ਰਿਕਾਰਡ ਬਣਾਇਆ, ਰਿਕਾਰਡ ਅਤੇ ਇਤਿਹਾਸ ਇਹ ਦੋਵੇਂ ਬਣੇ ਇਸ ਰਿਜ਼ਲਟ ਦੇ ਵਿੱਚ ਜੀ। ਸਾਹਿਬ ਮੀਰ ਸਿੰਘ ਜੀ, ਤੁਸੀਂ ਗੁਰਦੁਆਰਾ ਸ਼੍ਰੀ ਦੁੱਖ ਸੰਵਾਰਨ ਸਾਹਿਬ 'ਚ ਹੈਗੇ ਹੋ ਪਟਿਆਲਾ 'ਚ, ਔਰ ਤੁਹਾਡੇ ਆਲੇ ਦੁਆਲੇ 'ਚ ਕਾਫੀ ਸਰਗਰਮੀ ਆ ਜਿਵੇਂ ਤੁਸੀਂ ਗੈਰ ਰਸਮੀ ਗੱਲਬਾਤ 'ਚ ਦੱਸ ਰਹੇ ਹੋ, ਕੀ ਇਹਨਾਂ ਗੱਲਾਂ ਦੇ ਜ਼ਿਕਰ ਹੋ ਰਹੇ ਨੇ ਕਿ ਜੋ ਵਾਪਰਿਆ? ਸਰ ਸੁਖਬੀਰ ਸਿੰਘ ਬਾਦਲ ਜਿਸ ਕੈਂਡੀਡੇਟ ਦੀ ਮਦਦ ਕਰ ਰਹੇ ਸੀ ਉਹ ਉਹਨਾਂ ਦੀ ਤੱਕੜੀ ਚੋਣ ਨਿਸ਼ਾਨ ਨੇ ਹਰਾ ਤਾ। ਮੈਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੇ ਹਰਾ ਤਾ ਜੇ ਇੰਜ ਕਵਾਂ, ਕਿਉਂਕਿ ਇਹ ਉਹਨਾਂ ਦਾ ਫੈਸਲਾ ਜਿਹੜਾ ਗਲਤ ਸਾਬਤ ਹੋ ਗਿਆ। ਉਹਨਾਂ ਦੇ ਚੋਣ ਨਿਸ਼ਾਨ ਨੇ ਉਹਨਾਂ ਦੀ ਸਖੀਅਤ ਤੇ ਫੈਸਲਿਆਂ ਨੂੰ ਹਰਾ ਤਾ, ਇੱਕ ਤਾਂ ਇਹ ਵੀ ਕੌਣ ਆ ਤੁਸੀਂ? ਕਿਉਂਕਿ 15 ਤਰੀਕ ਨੂੰ ਬਾਗੀ ਧੜੇ ਨੇ ਇੱਕ ਆਪਣੀ ਮੀਟਿੰਗ ਰੱਖੀ ਹੋਈ ਹੈ ਤੇ 15 ਤਰੀਕ ਨੂੰ ਹੀ ਸਿੰਘ ਸਾਹਿਬਾਨ ਨੇ ਇਕੱਤਰਤਾ ਰੱਖੀ ਹੋਈ ਹੈ ਤੇ ਅੱਜ ਪਟਿਆਲੇ ਦੇ ਵਿੱਚ ਕਾਫੀ ਸਰਗਰਮੀ ਵੇਖੀ ਜਾ ਰਹੀ ਹੈ। ਪਟਿਆਲੇ ਦੇ ਵਿੱਚ ਬਹੁਤੇ ਲੀਡਰ ਰੱਖੜਾ ਸਾਹਿਬ ਨਾਲ ਚਲੇ ਗਏ, ਇਹ ਵੀ ਬਾਦਲ ਕਿਆਂ ਲਈ ਝਟਕਾ ਹੈ, ਔਰ ਬਾਦਲ ਕਿਆਂ ਦੇ ਹੀ ਆਪਣੇ ਸੀ ਰੱਖੜਾ ਸਾਹਿਬ, ਸੋ ਉਹਨਾਂ ਨੂੰ ਵੀ ਉੱਥੇ ਆਪਣਾ ਤਿਲ ਫੁੱਲ ਇਕੱਠਾ ਕਰਨਾ ਪੈ ਰਿਹਾ। ਸਮੁੱਚਤਾ ਦੇ ਵਿੱਚ, ਕਿਉਂਕਿ ਚੋਣ ਨਤੀਜਿਆਂ ਤੇ ਤੁਸੀਂ ਗੱਲ ਕਰ ਚੁੱਕੇ ਹੋ, ਜਿਹੜੇ ਇਹ ਨਵੇਂ ਸੀਨ ਨੇ, ਇਹ ਨਵੀਆਂ ਚੀਜ਼ਾਂ ਨੇ, ਇਹਨਾਂ ਨੂੰ ਕਿਵੇਂ ਇਹਨਾਂ ਦੀ ਵਿਆਖਿਆ ਕਰੋਗੇ? ਬਿਲਕੁਲ, ਜਿਹੜੀ ਮੇਰੇ ਖਿਆਲ ਹੈ 15 ਤਰੀਕ ਵੀ ਕਾਫੀ ਇੰਪੋਰਟੈਂਟ ਹੈ ਇਹਨਾਂ ਲਈ, ਇਸ ਲਈ ਹੇਠਲੇ ਲੈਵਲ ਤੇ ਵੀ ਹੁਣ ਨਾਮਬੰਦੀ ਬਰਕਰਾਰ ਦੀ ਜਿਹੜੀ ਹੈ, ਹੇਠਲੇ ਬੰਦਿਆਂ ਨੂੰ ਕਨਵਿੰਸ ਕਰਾਉਣਾ ਕਿਹੜਾ ਕਿਹੜੇ ਨਾਲ ਹੈ, ਕਿਹਦੇ ਨਾਲ, ਉਹ ਵੀ ਅਜੇ ਚੱਲ ਰਹੀ ਹੈ ਕੰਟੀਨਿਊਟੀ ਦੇ ਵਿੱਚ, ਭਾਵੇਂ ਉਹਦੀਆਂ ਉਸ ਲੈਵਲ ਦੀਆਂ ਖਬਰਾਂ ਨਹੀਂ ਛਪਦੀਆਂ। ਜਿਵੇਂ ਇੱਕ ਤਾਂ ਸ਼ਾਇਦ ਤਰੀਕਾ ਸੀਗਾ ਉੱਪਰ, ਜਦੋਂ ਸੁਖਬੀਰ ਸਿੰਘ ਬਾਦਲ ਨੇ ਸਾਰੇ ਵਿੰਗਾਂ ਨੂੰ ਆਪਣੇ ਨਾਲ ਮਤੇ ਪਵਾ ਕੇ ਨਾ ਲਿਆ ਕਿ ਉਹ ਪ੍ਰਧਾਨ ਹੈਗੇ ਨੇ, ਸਾਡਾ ਭਰੋਸਾ ਹੈ, ਯੂਥ ਵਿੰਗ, ਇਸਤਰੀ ਅਕਾਲੀ ਦਲ, ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਤੇ ਇਹ ਸਾਰੇ ਜਿੰਨੇ ਵੀ ਸੀਗੇ ਵਿੰਗ, ਤੇ ਹੁਣ ਇਕੱਲੇ ਉਹ ਵਿੰਗਾਂ ਦਾ ਸਵਾਲ ਨਹੀਂ ਹੈ, ਹੁਣ ਹੇਠਾਂ ਜ਼ਿਲ੍ਹਿਆਂ ਲੈਵਲ ਦਾ ਵੀ ਸਵਾਲ ਹੈ, ਕਿਉਂਕਿ ਪੋਲੀਟਿਕਸ 'ਚ ਬੜੀਆਂ ਚੀਜ਼ਾਂ ਸਾਰੀਆਂ ਹੀ ਮੈਟਰ ਕਰਦੀਆਂ ਨੇ ਕਿ ਕਿੱਧਰ ਕੋਈ ਖੜ ਰਿਹਾ, ਕਿੱਧਰ ਨਹੀਂ ਖੜ ਰਿਹਾ, ਖਿੱਚ ਤੂੰ ਹੋ ਰਹੀ ਹੈ ਬੜੀਆਂ ਜ਼ਿਆਦਾ, ਤੇ ਉਹ ਸਾਰੇ ਚੀਜ਼ਾਂ ਨੋਰਮਲੀ ਇੱਕ ਗੱਲ ਦੇਖਣ ਨੂੰ ਮਿਲੀ ਹੈ ਕਿ ਦੋਨੋਂ ਗਰੁੱਪਾਂ ਦਾ ਪਹਿਲੀ ਵਾਰ ਅਕਾਲੀ ਦਲ ਦੇ ਜਿਵੇਂ ਪੁਰਾਣਾ ਟ੍ਰੈਡੀਸ਼ਨਲ ਕੰਮ ਹੈ ਤੇ ਜਿਹੜੀਆਂ ਮੀਟਿੰਗਾਂ ਦੇ ਸਿਲਸਿਲੇ ਵੱਖ ਵੱਖ ਨੇ ਹੇਠਲੇ ਲੈਵਲ ਦੇ, ਦੂਜੇ ਤਾਂ ਸ਼ਾਇਦ ਘਰਾਂ 'ਚ ਚੱਲੇ ਕਈ ਵਾਰ, ਤੇ ਇਹ ਗੁਰਦੁਆਰਾ ਸਾਹਿਬਾਨਾਂ 'ਚ ਹੀ ਚੱਲ ਰਹੇ ਨੇ ਦੋਨਾਂ ਦੇ, ਉਹ ਵੀ ਆਪਣੀ ਦਾਅਵੇਦਾਰੀ ਨਹੀਂ ਛੱਡ ਰਹੇ, ਐਂ ਨਹੀਂ ਕਹਿ ਰਹੇ ਵੀ ਆਪਾਂ ਕਿਤੇ ਹੋਰ ਕਰ ਲਓ, ਜਿਵੇਂ ਜਿਹੜੀ ਅਲੱਗ ਹੋਇਆ ਧੜਾ ਹੈ, ਅਲੱਗ ਨਾ ਵੀ ਕਹੋ ਵੱਖਰਾ ਧੜਾ ਜਿਹੜਾ ਗਿਣਿਆ ਜਾਂਦਾ ਹੈ, ਉਹ ਏਦੋਂ ਪਹਿਲਾਂ ਦੀਆਂ ਉਹਨਾਂ ਦੀਆਂ ਮੀਟਿੰਗਾਂ ਗੁਰਦੁਆਰਾ ਸਾਹਿਬਾਨ 'ਚ ਨਹੀਂ ਹੋਈਆਂ, ਉਹ ਘਰਾਂ 'ਚ ਜਾਂ ਫਾਰਮ ਹਾਊਸਾਂ 'ਚ ਹੋਈਆਂ ਨੇ, ਜਿਹੜੀਆਂ ਉੱਪਰਲੀਆਂ ਮੀਟਿੰਗਾਂ ਸੀ ਵੱਡੀਆਂ, ਪਰ ਹੇਠਾਂ ਤਾਂ ਗਰਾਊਂਡ ਤੇ ਪੰਥਕ ਸਿਆਸਤ ਉਸੇ ਤਰ੍ਹਾਂ ਵਿਚਰਦੀ ਹੈ, ਤੇ ਉਹ ਇੱਥੇ ਹੀ ਦੋਨੋਂ ਗਰੁੱਪ ਫਿਰਦੇ ਦਿਖ ਸਕਦੇ ਨੇ ਤੁਹਾਨੂੰ, ਹੇਠਾਂ ਕਿਤੇ ਵੀ ਜਾਓਗੇ ਤੇ ਬਾਪੂ ਆਪਣੀ ਮੀਟਿੰਗ ਦੀ ਵੀ ਗੱਲ ਹੁੰਦੀ ਹੈ, ਔਰ ਉਹ ਹੋ ਜਾਂਦਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ। ਹੁਣ ਪ੍ਰੋਬਲਮ ਇਹ ਵੀ ਆਉਂਦੀ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਵੀ ਹੁੰਦਾ ਨਾ, ਉਹਨਾਂ ਨੂੰ ਤਾਂ ਦੋਨਾਂ ਨੂੰ ਡਿਨਾਈ ਨਹੀਂ ਕਰ ਸਕਦੇ, ਲੀਡਰ ਦੋਨੋਂ ਹੀ ਹੁੰਦੇ ਨੇ, ਨਾਲ SGPC ਦੇ ਚੋਣੇ ਮੈਂਬਰ ਵੀ ਹੁੰਦੇ ਨੇ, ਵਿਰੋਧੀਆਂ 'ਚ ਵੀ ਉਹ ਨੇ, ਤੇ ਵੱਡੇ ਲੀਡਰ ਵੀ ਨੇ, ਕੱਲ ਨੂੰ ਗੱਠਜੋੜ ਹੋ ਜਾਏ, ਕੱਲ ਨੂੰ ਦੁਬਾਰਾ ਮਿਲ ਜਾਣ, ਉਹਦੀ ਨਾ ਮੰਨੀ ਤਾਂ ਉਹ ਵਿਚਾਰਾ ਨਾਰਾਜ਼ ਹੋ ਜਾਏ, ਇਹ ਚੀਜ਼ਾਂ ਵੀ ਤਾਂ ਬਹੁਤ ਨੇ ਨਾ ਹੇਠਾਂ, ਜਦੋਂ ਤੁਸੀਂ ਦੇਖਦੇ ਹੋ ਸਾਰੇ ਮਾਹੌਲ ਨੂੰ ਜਿਸ ਵੀ ਲੈਵਲ ਦੇ ਉੱਤੇ ਜਾਂਦਾ। ਪਰ ਇੱਕ ਗੱਲ ਜ਼ਰੂਰ ਹੈ, ਇਹ ਚਰਚਾਵਾਂ ਨੋਰਮਲੀ ਰਹਿੰਦੀਆਂ ਨੇ ਜਿਹੜੀ ਸਿਆਸਤ ਹੈ, ਸਿਆਸਤ ਦੇ ਤੌਰ ਤੇ ਖਾਸ ਤੌਰ ਦੇ ਉੱਤੇ, ਪਰ ਸਭ ਨੂੰ ਲੱਗਦਾ ਇਹੀ ਹੈ ਵੀ ਜੇ ਤਾਂ ਅਕਾਲੀ ਦਲ ਇੱਕ ਹੋ ਕੇ ਚੱਲੂਗਾ, ਜੇ ਤਾਂ ਸਾਰਾ ਪੰਥ ਦੇ ਵਿੱਚ ਆਹ ਜਿਹੜਾ ਇੱਕ ਮੌਕਾ ਹੈ ਇਹਦੇ 'ਚੋਂ ਕੁੱਝ ਨਵਾਂ ਨਿਕਲਿਆ ਆ,
ਫਿਰ ਠੀਕ ਹੈ ਇਹ ਗੱਲਾਂ ਜ਼ਿਆਦਾ ਨਹੀਂ ਪੁੱਛਣੀਆਂ ਕਿਹੜਾ ਹਾਰ ਗਿਆ ਕਿਹੜਾ ਨਹੀਂ ਹੋ ਗਿਆ, ਉਹ ਕਹਿੰਦੇ ਤਾਂ ਬਾਈ ਇਲੈਕਸ਼ਨਾਂ 'ਚ ਹੁੰਦਾ ਹੀ ਹੁੰਦਾ ਜੀ, ਬਾਕੀ ਚੀਜ਼ਾਂ ਨੇ ਹਰੇਕ ਬੰਦਾ ਆਪਣਾ ਲੌਜਿਕ ਲੱਭ ਹੀ ਲੈਂਦਾ ਕਿਸੇ ਨਾ ਕਿਸੇ ਤਰ੍ਹਾਂ ਦਾ। ਔਰ ਇਹ ਜ਼ਰੂਰ ਗੱਲ ਕਹੀ ਜਾ ਸਕਦੀ ਹੈ ਮੇਰੇ ਖਿਆਲ ਹੈ ਨੋਰਮਲੀ ਨਾ, ਮੈਂ ਹਾਲਾਂਕਿ ਇਹ ਤਸਦੀਕ ਕਿੰਨੀ ਕੁ ਹੈ ਨਹੀਂ, ਪਹਿਲਾਂ ਵੀ ਆਪਾਂ ਇੱਕ ਵਾਰ ਗੱਲ ਕੀਤੀ ਕਿ ਜਿਹੜੇ ਸਾਇਕੋਲੋਜਿਸਟ ਨੇ ਜਿਹੜੇ ਸਰਵੇ ਕਰਦੇ ਨੇ ਨੋਰਮਲੀ, ਉਹ ਕਹਿੰਦੇ ਨੇ ਸਿੰਬਲ ਜਿਹੜਾ ਹੁੰਦਾ ਨਾ, ਜਦੋਂ ਟੋਟਲ ਵੋਟ ਜਿਹੜੀ ਤੁਹਾਨੂੰ ਪੋਲ ਹੁੰਦੀ ਹੈ ਲਗਭਗ 12%, ਉਹਨਾਂ ਦਾ ਕਹਿਣਾ ਸੀ ਕਿ ਸਿੰਬਲ ਲੈ ਜਾਂਦਾ ਜਿਹੜਾ ਪਾਪੂਲਰ ਸਿੰਬਲ ਹੁੰਦਾ ਉਸੇ ਪਾਰਟੀ ਦਾ ਜਿਹੜਾ ਗਿਣਤੀ ਦੇ ਮਾਮਲੇ। ਹੁਣ ਇਸ ਸਿੰਬਲ ਨੂੰ ਤਾਂ ਉਦੋਂ ਵੀ ਜ਼ਿਆਦਾ ਵੱਧ ਪਈ ਹੈ ਮੇਰੇ ਖਿਆਲ 35-40% ਵੱਧ ਪੈ ਗਈ ਜਿੰਨੀ ਕੁ ਵੋਟ ਹੈ, ਵੋਟ ਚਾਹੇ ਘੱਟ ਹੈ 700 ਕੁਛ ਹੈ ਤੇ ਦੂਜੇ ਪਾਸੇ 1200 ਕੁਛ ਹੈ, ਤੇ ਇਹਦਾ ਮਤਲਬ ਇਕੱਲੇ ਸਿੰਬਲ ਦੀ ਵੀ ਗੱਲ ਨਹੀਂ ਹੈ, ਨਾਲ ਵੈਸੇ ਵੀ ਇੱਕ ਗੱਲ ਚੈਲੇਂਜ ਹੁੰਦੀ ਹੈ ਫਿਰ ਦੂਜੀ ਗੱਲ ਵੀ ਨਾਲ ਕਿ ਜਿਹੜੇ ਪ੍ਰਮੁੱਖ ਧੜੇ ਦਾ ਜਿਹੜਾ ਫੈਸਲਾ ਉਹ ਲੋਕਾਂ ਨੇ ਜਿੰਨੇ ਕਿ ਇਹਨਾਂ ਦੇ ਨਾਲ ਵਰਕਰ ਹੋਣਗੇ ਉਹਨਾਂ ਨੇ ਵਾਜਬ ਨਹੀਂ ਮੰਨਿਆ ਉਹਨੂੰ, ਸ਼ਾਇਦ ਜੇ ਆਪਾਂ ਇਹ ਕਹਿ ਲਈਏ ਕਿ ਉਹ ਗੱਲ ਨਹੀਂ ਪ੍ਰਵਾਨ ਹੋਈ ਲੋਕਾਂ ਦੀ ਕਚਹਿਰੀ ਚ ਚੜੀ, ਖਾਸ ਤੌਰ ਤੇ ਲੋਕਾਂ ਦੀ ਮਤਲਬ ਜਿੰਨਾ ਕੁ ਅਕਾਲੀ ਦਲ ਦਾ ਬੇਸ ਉੱਥੇ ਸੀਗਾ ਉਹ ਆਪ ਕਹਿੰਦੇ ਨੇ ਕਿ 2023 ਮਤਲਬ ਅਸੀਂ 22-23 ਸਾਲ ਤੋਂ ਲੜੀ ਨਹੀਂ ਇਲੈਕਸ਼ਨ ਬੀਜੇਪੀ ਕੋਲ ਸੀ, ਅਸੀਂ ਤਾਂ ਆਪ ਉਹ ਨਹੀਂ ਕੀਤਾ। ਔਰ ਜੇ ਸ਼ਾਇਦ ਸਾਰੇ ਇਕੱਠੇ ਲੜਦੇ ਹੋਰ ਥੋੜਾ ਬਹੁਤ ਫਰਕ ਪੈ ਜਾਂਦਾ 20-50 ਜਿੰਨਾ ਵੀ, ਔਰ ਜਿਹੜੇ ਬਾਕੀ ਦੇ ਬੰਦੇ ਨੇ ਉੱਥੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਥੇਦਾਰ ਕੁਲਵੰਤ ਸਿੰਘ ਮੰਨਣ ਜਿਹੜੇ ਵਾਪਸ ਵਿਡਰਾ ਕਰਾਉਣ ਗਏ ਸੀ ਉਹ ਵੀ ਤਾਂ ਹੋਣਗੇ, ਉਹਨਾਂ ਨਾਲ ਟੀਮ ਹੋਏਗੀ ਆਫਟਰ ਆਲ, ਉਹਨਾਂ ਨੇ ਬੀਐਸਪੀ ਨੂੰ ਫਿਰ ਬੀਐਸਪੀ ਦੀਆਂ ਵੋਟਾਂ ਕਿੰਨੀਆਂ ਨੇ 700 ਤੋਂ, ਹਾਂ 700 ਕੁਛ ਫਿਰ ਜੇ ਉਹਨਾਂ ਦੇ ਗਏ ਤੇ ਕੁਛ 5 ਹੋਣਗੀਆਂ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਇੰਟਰਸਟਿੰਗ ਗੱਲ ਤਾਂ ਹੈ, ਬੀਐਸਪੀ ਦਾ ਕੈਂਡੀਡੇਟ ਉੱਥੇ ਨੋਨ ਸੀਗਾ ਵੈਸੇ, ਐਸੀ ਗੱਲ ਨਹੀਂ ਹੈ ਉਹਨਾਂ ਸਰਕਲਾਂ 'ਚ ਤਾਂ। ਇਹ ਬਹੁਤ ਮਤਲਬ ਮਨਿਊਟਲੀ ਦੇਖਣ ਵਾਲੀਆਂ ਗੱਲਾਂ ਨੇ, ਪਰ ਮੈਨੂੰ ਲੱਗਦਾ ਸਾਡੀ ਪੋਲੀਟਿਕਸ 'ਚ ਮਨਿਊਟਲੀ ਚੀਜ਼ਾਂ ਦੇਖੀਆਂ ਨਹੀਂ ਜਾ ਰਹੀਆਂ। ਸਪੋਜ਼ ਕਰੋ ਕਾਂਗਰਸ ਹੈ ਜਿਹਦਾ ਆਪਾਂ ਜੇਕਰ ਅੰਦਾਜ਼ਾ ਲਾਈਏ, ਹਾਲਾਂਕਿ ਪਾਰਲੀਮੈਂਟ 'ਚ ਅਲੱਗ ਤਰ੍ਹਾਂ ਵੋਟਿੰਗ ਹੁੰਦੀ ਹੈ, ਇਹ ਠੀਕ ਹੈ ਗੱਲ ਕਿ 22 ਵਿਧਾਨ ਸਭਾ 'ਚ ਅਲੱਗ ਤਰ੍ਹਾਂ ਹੁੰਦੀ ਹੈ, ਉਹ ਵੀ 22 ਇਲੈਕਸ਼ਨ ਹੋ ਗਈ ਫਿਰ ਤਾਂ ਹੋਰ ਅਲੱਗ ਤਰ੍ਹਾਂ ਹੁੰਦੀ ਹੈ। ਔਰ ਚੀਫ ਮਿਨਿਸਟਰ ਨੇ ਐਲਾਨ ਵੀ ਦਿੱਤਾ ਵਾਰ ਵਾਰ ਕਿ ਮੈਂ ਮੰਤਰੀ ਬਣਾ ਦੂੰਗਾ ਤੁਹਾਡਾ ਬੰਦਾ, ਅਗਲਾ ਕਹਿੰਦਾ ਮੰਤਰੀ ਬਣੂੰਗਾ, ਡੋਰ ਟੂ ਡੋਰ ਜਾ ਕੇ ਸਰਕਾਰ ਉੱਥੇ ਬਹਿ ਜੇ ਸਾਰਾ ਕੁਝ, ਉਹ ਤਾਂ ਚਲੋ ਹੁੰਦਾ ਹੀ ਹੈ, ਪਰ ਨਾਲ ਦੀ ਨਾਲ ਕਾਂਗਰਸ ਇੰਨੀ ਨੀਚੇ 3rd ਨੰਬਰ ਤੇ ਚਲੀ ਗਈ ਇਸ ਸਾਰੇ ਮਾਮਲੇ ਦੇ ਵਿੱਚ, ਉਹਦੇ ਵੀ ਇਹਦਾ ਮਤਲਬ ਸਭ ਕੁਝ ਅੱਛਾ ਨਹੀਂ ਹੈ। 7 ਸੀਟਾਂ ਚਾਹੇ ਉਹ ਜਿੱਤ ਗਏ ਸੀ, ਜਿਹੜਾ ਉਹਨਾਂ ਨੇ ਰਿਵਿਊ ਵੀ ਨਹੀਂ ਕੀਤਾ ਪਹਿਲਾਂ, ਉਹਨਾਂ ਤੇ ਇੱਕ ਐਲੀਗੇਸ਼ਨ ਇਹ ਲੱਗਦਾ ਵਿੱਚੋਂ ਪਾਰਟੀ ਦੇ ਕਈ ਲੋਕਾਂ ਨੇ ਸਵਾਲ ਵੀ ਉਠਾਏ ਸੀ ਕਿ 7 ਸੀਟਾਂ ਤੁਹਾਨੂੰ ਆਪਣੀ ਬਹੁਤ ਜ਼ਿਆਦਾ ਕਾਰਗੁਜ਼ਾਰੀ ਤੇ ਉਸ ਤਰ੍ਹਾਂ ਨਹੀਂ ਆਈਆਂ, 7 ਸੀਟਾਂ ਓਵਰਆਲ ਇੱਕ ਨੈਸ਼ਨਲ ਪਰਸਪੈਕਟਿਵ ਵੀ ਹੈ ਤੇ ਦੂਜਾ ਲੋਕਾਂ ਦੇ ਸਾਹਮਣੇ ਕੋਈ ਚੈਲੰਜ ਹੋਇਆ ਜਾ ਰਹੇ ਸੀ, ਕੈਂਡੀਡੇਟ ਵੀ ਨੋਨ ਜ਼ਿਆਦਾ ਸੀਗੇ ਪ੍ਰਭਾਵਸ਼ਾਲੀ ਸੀ, ਉਹਨਾਂ ਦਾ ਆਪਣਾ ਅਸਰ ਵੀ ਸੀ, ਉਹ ਸਾਰੀਆਂ ਗੱਲਾਂ ਸੀ। ਪਰ ਵੈਸੇ ਤਾਂ ਤੁਸੀਂ 37-36 ਤੇ ਆ ਗਏ ਹੋ ਜਿਹੜੀਆਂ ਅਸੈਂਬਲੀ ਚੋਣਾਂ 'ਚ ਜਿੱਤ ਦਾ ਸਵਾਲ ਸੀ, ਇੱਥੋਂ ਵੀ ਤੁਸੀਂ ਜਿੱਤੇ ਸੀ ਤੇ ਇਹ ਵੀ ਚਲੀ ਗਈ, ਡਰੋਪ ਹੋ ਗਈ ਕੱਲ੍ਹ ਨੂੰ ਜੇ ਅਸੈਂਬਲੀ ਇਲੈਕਸ਼ਨ ਦੀ ਗੱਲ ਜਿਹੜੀ ਉਸ ਤਰੀਕੇ ਦੇ ਨਾਲ ਆਉਂਦੀ ਹੈ, ਤੇ ਕੀ ਉਹ ਟੀਮ ਟੀਮ ਦੇ ਰੂਪ 'ਚ ਕੰਮ ਨਹੀਂ ਕਰ ਰਹੀ, ਇਹਦਾ ਮਤਲਬ ਨਿੱਠ ਕੇ ਕੰਮ ਨਹੀਂ ਹੋਇਆ ਜਾਂ ਕੋਈ ਹੋਰ ਹੈ, ਜਾਂ ਇਕੱਲਾ ਇੱਕੋ ਗੱਲ ਕਰਕੇ ਛੱਡ ਦਿੱਤਾ ਜਾਊਗਾ ਕਿ ਇੱਥੇ ਤਾਂ ਸਰਕਾਰ ਸੀਗੀ ਜੀ, ਸਰਕਾਰ ਨੇ ਸਾਰਾ ਕੰਮ, ਸਰਕਾਰ ਬੀਜੇਪੀ ਲਈ ਵੀ ਸੀਗੀ ਤੇ ਬੀਜੇਪੀ ਨੂੰ ਜੇ ਉਦੋਂ ਥੋੜੀਆਂ ਜਿਹਾ ਜ਼ਿਆਦਾ ਵੋਟਾਂ ਮਿਲ ਜਾਂਦੀਆਂ ਨੇ ਕੰਪੈਰੇਟਿਵਲੀ ਤਾਂ ਇਹ ਤਾਂ ਮੰਨਿਆ ਜਾਊ ਕਿ ਬੀਜੇਪੀ ਦੇ ਕੈਂਡੀਡੇਟ ਨੇ ਆਪਣੇ ਲੈਵਲ ਤੇ ਨਿੱਠ ਕੇ ਗੱਲ, ਜਾਂ ਤਾਂ ਕੈਂਡੀਡੇਟ ਦਾ ਰੋਲ ਮੰਨੋ ਫਿਰ ਉੱਥੇ ਬਹੁਤ ਜ਼ਿਆਦਾ, ਕਿ ਕੈਂਡੀਡੇਟ ਵੋਕਲ ਹੈ ਅਗਰੈਸਿਵ ਹੈ ਇਹ 'ਚ ਤਾਂ ਕੋਈ ਦੋ ਰਾਵਾਂ ਨਹੀਂ ਹੈ ਇਸ ਮਾਮਲੇ ਦੇ ਵਿੱਚ, ਉਹਦਾ ਕਿੰਨਾ ਕੁ ਰੋਲ ਹੋ ਸਕਦਾ ਇੱਦਾਂ ਹੋ ਸਕਦਾ ਜਾਂ ਨਹੀਂ ਇਹ ਵੀ ਹੈ। ਹੁਣ ਅਗਲਾ ਚੈਲੰਜ 4 ਸੀਟਾਂ ਦਾ ਆਏਗਾ ਇਹਦੇ ਤੋਂ ਬਾਅਦ, ਇਹ ਕਾਂਗਰਸ ਬੀਜੇਪੀ ਸਾਰਿਆਂ ਲਈ ਜੋ ਆਏਗਾ ਤੇ ਆਮ ਆਦਮੀ ਪਾਰਟੀ ਲਈ ਵੀ ਆਏਗਾ। ਆਮ ਆਦਮੀ ਪਾਰਟੀ 'ਚ ਚੀਫ ਮਿਨਿਸਟਰ 4 ਸੀਟਾਂ ਨੂੰ ਇੰਨਾ ਇਸ ਢੰਗ ਨਾਲ ਜਾ ਕੇ ਕੰਪੇਅਰ ਕਰ ਪਾਉਣਗੇ, ਕਾਂਗਰਸ ਪਾਰਟੀ
ਆਪਣਾ ਯੂਨਾਈਟਿਡ ਫੇਸ ਦਿਖਾ ਕੇ ਉੱਥੇ ਕੰਪੇਨ ਉਸ ਲੈਵਲ ਤੇ ਕਰ ਪਾਊਗੀ, ਕਿਉਂਕਿ ਉਹ ਵੱਡੇ ਲੀਡਰਾਂ ਦੀਆਂ ਸੀਟਾਂ ਨੇ ਜਿਹੜੇ MP ਚੁਣੇ ਗਏ ਨੇ ਤੁਹਾਡੇ ਉਹਨਾਂ ਹਲਕਿਆਂ ਤੋਂ, ਛੋਟੀਆਂ ਨਹੀਂ ਹੈ ਉਸੇ ਪੱਧਰ ਦੇ ਉੱਤੇ। ਇਹ ਤਾਂ MLA ਨੇ ਰਿਜ਼ਾਈਨ ਕੀਤਾ ਸੀ, ਜਿਹੜਾ MLA ਆਪ ਦਾ ਸੀ, ਆਪ ਚੋਂ ਚਲਾ ਗਿਆ BJP 'ਚ, BJP ਨੇ ਫਿਰ ਖੜਾ ਕਰਤਾ, ਇਹ ਤਾਂ ਉਹ ਸੀਟ ਸੀ। ਤੇ ਉੱਥੇ ਤਾਂ ਸਾਰੇ ਸੁਖਜਿੰਦਰ ਸਿੰਘ ਰੰਧਾਵਾ ਮਾਝੇ ਦਾ ਵੱਡਾ ਕੱਦ ਦਾ ਲੀਡਰ ਗਿਣੇ ਜਾਂਦੇ ਨੇ, ਤੇ ਨਾਲ ਡੇਰਾ ਬਾਬਾ ਨਾਨਕ ਸੀਟ ਨੂੰ ਉਹ ਕਹਿੰਦੇ ਨੇ ਸਾਡੀ ਘਰ ਦੀ, ਸਾਡੀ ਪਰਿਵਾਰਕ ਸੀਟ। ਔਰ ਇਸੇ ਤਰੀਕੇ ਦੇ ਨਾਲ ਗਿੱਦੜਬਾਹਾ ਤਾਂ ਨਾਰਮਲੀ ਅਕਾਲੀਆਂ ਦੀ ਪਿਛੋਕੜ 'ਚ ਬਹੁਤੀ ਵਾਰ ਸੀਟ 9 ਵਾਰ ਅਕਾਲੀਆਂ ਨੇ ਜਿੱਤੀ ਹੈ, ਤੇ ਅਕਾਲੀ ਦਲ ਦਾ ਵੀ ਸਟੇਕ ਉਹਦੇ ਤੇ ਦਾਤੇ ਹੋਊਗਾ ਗਿੱਦੜਬਾਹੇ ਦੇ ਵਿੱਚ ਤਾਂ ਜਿਹੜਾ ਮਾਮਲਾ ਚੱਲਦਾ ਜੀ। ਬਰਨਾਲਾ ਹਮੇਸ਼ਾ ਮੈਜੋਰਿਟੀ ਪਹਿਲਾਂ ਕਾਂਗਰਸ ਤੇ ਉਹਦੀ ਟੱਕਰ, ਪਰ ਸੰਗਰੂਰ ਨੂੰ ਦੇਖ ਕੇ ਜਿਹੜਾ ਲੱਗਦਾ ਭਗਵੰਤ ਮਾਨ 2 ਵਾਰ ਮੈਂਬਰ ਪਾਰਲੀਮੈਂਟ ਜਿੱਤੇ, ਪਹਿਲਾਂ ਬਿਜਲੀ ਚਾਹੇ ਮੀਂਹ ਤੇ ਡਬਲ ਵਾਰ ਜਿੱਤੇ ਨੇ, ਤੇ ਵੱਡੇ ਮਾਰਜਨ ਨਾਲ ਪਾਰਲੀਮੈਂਟ ਦੇ ਵਿੱਚ ਵੀ ਜਿੱਤੇ ਨੇ, ਉਹਨਾਂ ਸੀਟਾਂ ਤੋਂ ਪਾਰਲੀਮੈਂਟ 'ਚ ਵੀ ਜ਼ਿਆਦਾ ਵੋਟਾਂ ਪਈਆਂ। ਇਸ ਕਰਕੇ ਇਹ ਸਾਰਾ ਉਹਨਾਂ ਲਈ ਵੀ ਚੈਲੰਜ ਉਸੇ ਲੈਵਲ ਦਾ, ਸ਼ਾਇਦ ਇਹਨਾਂ ਸੀਟਾਂ 'ਚ BJP ਦਾ ਓਡਾ ਵੱਡਾ ਸਟੇਕ ਨਾ ਹੋਵੇ, ਕਿਉਂਕਿ ਮੇਜਰ ਪਿੰਡ ਸ਼ਹਿਰ ਨਹੀਂ ਪੈਂਦੇ ਉਸ ਪੱਧਰ ਦੇ ਉੱਤੇ। ਇਹ ਗੱਲਾਂ ਤਾਂ ਉਸ ਲੈਵਲ ਤੇ ਦੇਖਣ ਵਾਲੀਆਂ ਨੇ। ਦੋਨੇ ਤਿੰਨੇ ਦੂਜੀਆਂ ਪਾਰਟੀਆਂ ਲਈ ਜ਼ਰੂਰ ਇੱਕ ਚੈਲੰਜ, ਅਗਲੀਆਂ 4 ਸੀਟਾਂ ਹੋਣਗੀਆਂ ਇਹਦੇ ਤੋਂ ਬਾਅਦ। ਇਹ ਤਾਂ ਹੈ ਹੋਣਗੀਆਂ, ਔਰ ਮੈਂ ਤਾਂ ਇਹ ਕਹੂੰਗਾ ਕਿ ਗਿੱਦੜਬਾਹੇ 'ਚ ਤੇ ਪ੍ਰਧਾਨ 'ਚ ਪ੍ਰਧਾਨ ਵੱਜਣਾ ਹੈ ਰਾਜਾ ਵੜਿੰਗ, ਤੇ ਉੱਧਰ ਸੁਖਬੀਰ ਸਿੰਘ ਬਾਦਲ, ਇਹ ਬਾਦਲਾਂ ਦੀ ਸੀਟ ਹੈ ਪੁਰਾਣੀ, ਔਰ ਇੱਧਰਲੇ ਬੰਨੇ ਰਾਜਾ ਵੜਿੰਗ ਪ੍ਰਧਾਨ ਨੇ, ਪ੍ਰਧਾਨ ਨਾਲ ਪ੍ਰਧਾਨ ਜਦੋਂ ਟਕਰਾਊਗਾ ਤਾਂ ਕੁਦਰਤੀ ਤੌਰ ਤੇ ਗਤੀ ਤਾਂ ਪੈਦਾ ਹੋਊਗੀ, ਐਨਰਜੀ ਤਾਂ ਹੋਊਗੀ। ਇੱਧਰਲੇ ਬੰਨੇ ਡਿਪਟੀ CM, ਉੱਧਰਲੇ ਬੰਨੇ ਮੁੱਖ ਮੰਤਰੀ ਦਾ ਆਪਣਾ ਹਲਕਾ ਬਰਨਾਲਾ, ਸੋ ਇਹ ਅਗਲੀ ਫਾਈਟ ਜਿਹੜੀ ਆ ਉਹ ਜ਼ਿਆਦਾ ਅਹਿਮ ਹੋਣ ਵਾਲੀ ਆ। ਪਰ ਸਦਾ ਜਗਤਾਰ ਸਿੰਘ ਜੀ, ਨਤੀਜਿਆਂ ਨੇ ਕਾਂਗਰਸ ਦੇ ਅੰਦਰ ਦੇ ਕਲੇਸ਼ ਨੂੰ ਫਿਰ ਜੱਗ ਜਾਹਰ ਕੀਤਾ, ਹੁਣ ਉੱਥੇ ਲੜਾਈ ਢੰਗ ਨਾਲ ਲੜੀ ਨਹੀਂ ਗਈ, ਜਾਂ ਮੁੱਖ ਮੰਤਰੀ ਇੰਨੀ ਜ਼ੋਰਦਾਰ ਲੜ ਗਏ ਕਿ ਜਿਹੜੀ ਵੋਟ ਇਹਨਾਂ ਨੂੰ ਪਾਰਲੀਮੈਂਟ 'ਚ ਪਈ ਸੀ ਉਹਦੇ ਵਿੱਚੋਂ ਬਹੁਤੀ ਨੇ ਆਪਣਾ ਮਨ ਬਦਲ ਕੇ ਮੁੱਖ ਮੰਤਰੀ ਦੇ ਹੱਕ 'ਚ ਫਤਵਾ ਦਿੱਤਾ। ਹੁਣ ਇੱਥੇ ਮਹਿੰਦਰ ਭਗਤ ਦੀ ਤਾਂ ਗੱਲ ਨਹੀਂ ਕਰਾਂਗੇ, ਮਹਿੰਦਰ ਭਗਤ ਵੈਸੇ BJP ਦੀ ਵੋਟ ਵੀ ਖਿੱਚ ਕੇ ਲਿਆਏ ਨੇ, ਕਾਂਗਰਸ ਦੀ ਵੋਟ ਵੀ ਖਿੱਚ ਕੇ ਆ ਗਈ ਇੱਧਰ। ਹੁਣ ਜੇਕਰ ਸਮੁੱਚਤਾ 'ਚ ਦੇਖਿਆ ਜਾਵੇ ਤਾਂ ਜਿਹੜੀ ਕਾਂਗਰਸ ਦੇ ਅੰਦਰ ਪਾਵਰ ਸਟਰਗਲ ਹੈ, ਪਾਵਰ ਦੀ ਲੜਾਈ ਹੈ, ਉਹ ਵੀ ਅੱਗੇ ਨਾਲੋਂ ਸੰਘਣੀ ਹੋ ਜਾਊਗੀ ਜੀ। ਹੁਣ ਪ੍ਰਤਾਪ ਸਿੰਘ ਬਾਜਵਾ ਵੀ ਜਲੰਧਰ ਦੇ ਵਿੱਚ ਆ ਕੇ ਟਿਕੇ, 1-2 ਦਿਨ ਲਈ ਉਹਨਾਂ ਨੇ ਆਪਣੀਆਂ ਪ੍ਰੈਸ ਕਾਨਫਰੰਸ ਕੀਤੀਆਂ। ਰਾਜਾ ਵੜਿੰਗ ਆਪਣੀ ਪਤਨੀ ਨਾਲ ਆਏ, ਚੰਨੀ ਸਾਹਿਬ ਬੈਠੇ ਹੀ ਇੱਥੇ ਰਹੇ, ਬਾਕੀ ਲੀਡਰਸ਼ਿਪ ਗਰੁੱਪਾਂ 'ਚ ਬੈਠੀ ਸੀ, ਪ੍ਰਗਟ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਬਾਕੀ ਸਾਰੇ ਇਕੱਠੇ ਬੈਠੇ ਸੀ। ਮੈਂ ਜੇ ਤੁਹਾਡੇ ਤੋਂ ਪੁੱਛਾਂ, ਰਾਣਾ ਗੁਰਜੀਤ ਇਹਨਾਂ ਦਿਨਾਂ 'ਚ ਕੈਨੇਡਾ 'ਚ ਫਿਰ ਰਹੇ ਨੇ, ਰਾਣਾ ਗੁਰਜੀਤ ਇਹਨਾਂ ਦਿਨਾਂ 'ਚ ਕੈਨੇਡਾ ਦੇ ਵਿੱਚ ਇੰਟਰਵਿਊ ਦਿੰਦੇ ਫਿਰਦੇ ਨੇ, ਮੈਂ ਜੇ ਤੁਹਾਡੇ ਤੋਂ, ਜਲੰਧਰ ਉਹਨਾਂ ਦੀ ਹੋਮ ਟਰਫ ਹੈ, ਸਮੁੱਚਤਾ ਦੇ ਵਿੱਚ ਕਾਂਗਰਸ ਦੀ ਇਸ ਪੋਲਿਟਿਕਸ ਨੂੰ ਕਿਹੜਾ ਰਾਹ ਮਿਲਦਾ ਦਿਸਦਾ? ਕਾਂਗਰਸ ਦਾ ਆਲਰੇਡੀ ਨਾ ਕਿ ਦੁਖਾਂਤ ਚੱਲ ਰਿਹਾ, 27 ਦੀ ਲੋਕ ਸਭਾ ਆਪਣੀ ਅਸੈਂਬਲੀ ਇਲੈਕਸ਼ਨ ਤਾਂ ਅਜੇ ਦੂਰ ਹੈ ਜੀ, ਤੇ ਇਹਨਾਂ ਦੇ ਵਿੱਚ 3-4 ਲੀਡਰ ਆਪਣੇ ਆਪ ਨੂੰ ਹੁਣੇ ਹੀ ਮੁੱਖ ਮੰਤਰੀ ਦਾ ਦਾਅਵੇਦਾਰ ਬਣਾ ਕੇ ਅੱਗੇ ਤੁਰ ਰਹੇ ਹੈ ਜੀ। ਜਦੋਂ ਦਾਅਵੇਦਾਰ ਇੰਨੇ ਹੋ ਜਾਣ ਨਾ, ਨਹੀਂ ਦਾਅਵੇਦਾਰ ਹੋਣਾ ਤਾਂ ਕੋਈ ਮਾੜੀ ਗੱਲ ਨਹੀਂ, ਲੇਕਿਨ ਫਿਰ ਜਦੋਂ ਉਹਦੇ 'ਚ ਕੰਪੀਟੀਟਿਵ ਪੋਲਿਟਿਕਸ ਸ਼ੁਰੂ ਹੋ ਜਾਏ, ਪਾਵਰ ਸਟਰਗਲ ਸ਼ੁਰੂ ਹੋ ਜਾਏ, ਉਹਦਾ ਇੰਪੈਕਟ ਵਰੀ ਨੈਗੇਟਿਵ ਪੈਂਦਾ ਹੁੰਦਾ। ਆਲਰੇਡੀ ਇਹਨਾਂ ਦੀ ਜਿਹੜੀ ਅੰਦਰੋਂ ਫ੍ਰਿਕਸ਼ਨ ਹੈ ਉਹ ਸ਼ੁਰੂ ਹੈ ਇਸੇ ਗੱਲ ਨੂੰ ਲੈ ਕੇ ਵੀ ਅਗਲਾ ਮੁੱਖ ਮੰਤਰੀ ਕੌਣ ਬਣਨਾ ਹੈ। ਉਹ 27 ਦਾ ਤਾਂ ਜੇ ਪਤਾ ਹੀ ਨਹੀਂ ਵੀ ਉੱਥੇ ਸਿਚੁਏਸ਼ਨ ਕੀ ਬਣਨੀ ਹੈ, ਕਿਹੋ ਜਿਹੇ ਹਾਲਤ ਪੈਦਾ ਹੋਣੇ ਹੈ, ਤੇ ਇਹ ਕਾਂਗਰਸ ਦਾ ਦੁਖਾਂਤ, ਇਹ ਪੰਜਾਬ ਦਾ ਨਵਾਂ ਨਹੀਂ ਹੈ ਕੋਈ ਜੀ। ਇਹ ਲੜਾਈ ਮੁੱਖ ਮੰਤਰੀ ਦੀ ਪਹਿਲਾਂ ਹੀ ਲੜਨ ਲੱਗ ਪੈਂਦੇ ਆ, ਤੇ ਹੁਣ ਵੀ ਇਹ ਜਿਹੜੀ ਇੰਨਾ ਮਾੜਾ ਹਾਲ ਹੋਇਆ
ਉਹਦਾ ਇੱਕ ਕਾਰਨ ਇਹ ਵੀ ਲੱਗਦਾ ਮੈਨੂੰ, ਤਿੰਨ ਚਾਰ ਕੈਂਡੀਡੇਟ ਹੈ, ਪ੍ਰਤਾਪ ਸਿੰਘ ਬਾਜਵਾ ਉਰੀ, ਚਰਨਜੀਤ ਸਿੰਘ ਚੰਨੀ ਉਰੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਤਿੰਨ ਮੁੱਖ ਮੰਤਰੀ ਦੇ ਕੈਂਡੀਡੇਟ ਤਾਂ ਇਹ ਹੈਗੇ। ਕੱਲ੍ਹ ਨੂੰ ਰਵਰੇਜ ਸਿੰਘ ਬਿੱਟੂ ਆਪਣੇ ਉਸਾਰੀ ਉਹ ਚਲੇ ਗਏ ਬੀਜੇਪੀ ਦੇ ਵਿੱਚ, ਦਿਮਾਗ ਦੇ ਵਿੱਚ ਰਹਿ ਜਾਂਦਾ ਕਈ ਵਾਰੀ। ਸੋ ਮੇਨ ਤਿੰਨ ਕੈਂਡੀਡੇਟ ਤਾਂ ਆਪਣੇ ਕਾਂਗਰਸ ਦੇ ਸੀਐਮਸ਼ਿਪ ਦੇ ਹੈਗੇ ਹੈ, ਹਜੇ ਆਪ ਦੇ ਵਿੱਚ ਪ੍ਰੋਬਲਮ ਨਹੀਂ ਆਈ ਹਜੇ। ਸੋ ਉਹ ਜਿਹੜੀ ਆਪਸੀ ਖਹਿਬਾਜ਼ੀ ਹੁੰਦੀ ਹੈ ਉਹ ਕਈ ਵਾਰੀ ਪਾਰਟੀ ਨੂੰ ਲੈ ਬੈਠਦੀ ਹੈ, ਅਤੇ ਇਹਨਾਂ ਦੇ ਸਮੇਂ ਸਮੇਂ 'ਤੇ ਉਹ ਜਿਹੜੀ ਅੰਦਰ ਦੀ ਫਰਿਕਸ਼ਨ ਹੈ ਉਹ ਜ਼ਾਹਰ ਹੋ ਜਾਂਦੀ ਹੈ, ਇਹ ਛੁਪਾਉਂਦੇ ਵੀ ਨਹੀਂ। ਇਹ ਪਾਰਟੀ ਇਸ ਗੱਲੋਂ ਬੜੀ ਕਮਾਲ ਦੀ ਹੈਗੀ ਹੈ, ਆਪ ਦੀ ਜਿਹੜੀ ਜਿੱਤ ਹੈ ਉਹਦਾ ਕੁਛ ਕ੍ਰੈਡਿਟ ਮੁੱਖ ਮੰਤਰੀ ਨੂੰ ਦੇਣਾ ਪਏਗਾ ਜੀ, ਕਿ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਇੱਥੇ ਕੰਸਲਟੇਟ ਕਰਕੇ, ਭਾਵੇਂ 100 ਤਰ੍ਹਾਂ ਦੇ ਉਹਨਾਂ ਦੇ ਅਟੈਕ ਹੋਏ ਇਸ ਗੱਲ ਦੇ ਉੱਤੇ ਆ ਕੇ ਵੀ ਬਾਕੀ ਥਾਵਾਂ 'ਤੇ ਫਿਰ ਜਦੋਂ 4 ਦੀ ਆਏਗੀ ਫਿਰ ਕੀ ਕਰਨਗੇ। ਸਿਚੁਏਸ਼ਨ ਹੁੰਦੀ ਹੈ ਕਿ ਜਿਹੜੀ ਇਮੀਡੀਏਟ ਸਿਚੁਏਸ਼ਨ ਹੈ ਉਹਨੂੰ ਤੁਸੀਂ ਕਿਵੇਂ ਹੈਂਡਲ ਕਰਨਾ, ਉਹ ਹੈਂਡਲ ਕਰ ਲਈ, ਜਦੋਂ 4 ਦੀ ਆਏਗੀ ਉਹ ਦੇਖੀ ਜਾਏਗੀ, ਉਹ ਸਿਚੁਏਸ਼ਨ ਨਵੀਂ ਹੋਏਗੀ, ਨਵੀਂ ਸਿਚੁਏਸ਼ਨ 'ਚ ਨਵੀਂ ਸਟ੍ਰੈਟਜੀ ਬਣਦੀ ਹੁੰਦੀ ਹੈ, ਇਹ ਜ਼ਰੂਰੀ ਨਹੀਂ ਕਿ ਪੁਰਾਣੀ ਸਟ੍ਰੈਟਜੀ ਉੱਥੇ ਕੰਮ ਕਰਦੀ ਹੋਵੇ। ਸੋ ਬੇਸਿਕਲੀ ਇਸ਼ੂ ਕਾਂਗਰਸ ਦਾ ਹੈ ਬਈ ਕਾਂਗਰਸ ਨੇ ਆਪਣੇ ਲੜਾਈ ਨੂੰ ਰੁੱਖ ਕਿਹੜਾ ਦੇਣਾ ਹੈ। ਮਸਲਾ ਕਿਸੇ ਏਜੰਡੇ ਦਾ ਨਹੀਂ ਹੁੰਦਾ, ਕਈ ਵਾਰੀ ਪਾਰਟੀ ਨੂੰ ਪ੍ਰੋਪਰਲੀ ਆਰਗਨਾਈਜ਼ ਕਰਕੇ ਕਿਵੇਂ ਅੱਗੇ ਤੋਰਨਾ ਹੈ, ਉਹਨਾਂ ਦੀ ਸਮੱਸਿਆ ਇਸ ਵੇਲੇ ਇਹ ਹੈ, ਅਤੇ ਆਪਸੀ ਜਿਹੜੀ ਲੀਡਰਸ਼ਿਪ ਦੇ ਈਗੋਇਜ਼ਮ ਹੈ ਉਹ ਉਹਨਾਂ ਨੂੰ ਉਹਦੀ ਕੀਮਤ ਦੇਣੀ ਪੈ ਰਹੀ ਹੈ। ਬਿਲਕੁਲ ਸਾਹਿਬਮੀਰ ਸਿੰਘ ਜੀ, ਜੇ ਕਿਉਂਕਿ ਹੁਣ ਪਾਰਟੀ ਤਾਂ ਅਕਾਲੀ ਦਲ ਦਾ ਜ਼ਿਕਰ ਕੀਤੇ ਬਿਨਾ ਗੁਜ਼ਾਰਾ ਹੋਣਾ ਨਹੀਂ, ਕਿ ਜੇ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ 2 ਇਹੋ ਜਿਹੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਇਹ ਪੂਰੀ ਸ਼ਿੱਦਤ ਨਾਲ ਲੜਨ, ਤਾਂ ਇਹਨਾਂ ਦਾ ਟਰੈਕ ਰਿਕਾਰਡ ਇੱਥੇ ਬਿਹਤਰ ਰਿਹਾ। ਮਤਲਬ ਜੇ ਬੀਜੇਪੀ ਨੂੰ ਤੁਸੀਂ ਜਲੰਧਰ ਵੈਸਟ 'ਚੋਂ ਹੁਣ ਅਗਲੀਆਂ 4 ਚੋਣਾਂ ਜਮਨੀ ਚੋਣਾਂ ਵੱਲ ਲੈ ਕੇ ਜਾਓਗੇ ਤਾਂ ਉਹਨਾਂ ਦਾ ਬਹੁਤਾ ਕੁਝ ਨਹੀਂ ਹੈ ਉੱਥੇ। ਇਹ 4 ਦੀਆਂ 4 ਸੀਟਾਂ 'ਤੇ, ਜੇ ਚੱਬੇਵਾਲ ਨੂੰ ਥੋੜ੍ਹੀ ਦੇਰ ਲਈ ਛੱਡ ਲਈਏ, ਚੱਬੇਵਾਲ 'ਚ ਕੁਝ ਬੀਜੇਪੀ ਦਾ ਆਧਾਰ ਹੋਊਗਾ ਕਿਉਂਕਿ ਉੱਥੇ ਪਾਰਲੀਮੈਂਟ ਦੀ ਚੋਣ ਉਹ ਲਗਾਤਾਰ ਲੜ ਰਹੇ ਨੇ ਅਕਾਲੀ ਦਲ ਨਾਲ ਸਮਝੌਤੇ 'ਚ। ਪਰ ਜੇ ਉਹ ਹੁਣ ਤੋਂ ਤਿਆਰੀ ਵਿੱਢ ਕੇ ਸੁਖਬੀਰ ਸਿੰਘ ਬਾਦਲ ਆਪਣੇ ਜਿਹੜੇ ਵੱਖਰੇ ਹੋਏ ਧੜੇ ਨੂੰ ਵੀ ਨਾਲ ਲੈ ਆਉਂਦੇ ਆ, ਸਹੁੰ ਵੀ ਮਾਫੀ ਚਾਹੁੰਦਾ ਮੈਂ ਬਾਰ ਬਾਰ ਸਹੁੰ ਕਹਿ ਦਿੰਦਾ, ਤਨਖਾਹ ਵੀ ਲਵਾ ਲੈਂਦੇ ਨੇ, ਤਾਂ ਫਿਰ ਸੰਭਾਵਨਾ ਹੋ ਸਕਦੀ ਆ ਅਗਲੇ ਮੁਕਾਬਲੇ ਥੋੜੇ ਟਫ ਹੋ ਸਕਦੇ ਆ ਜੀ। ਬਿਲਕੁਲ, ਬਰਨਾਲਾ ਵੀ ਟ੍ਰੈਡੀਸ਼ਨਲੀ ਅਕਾਲੀ ਦਲ ਕੋਲ ਰਹੀ ਆ ਬੜਾ ਲੰਮਾ ਸਮਾਂ ਸੀਟ, ਪਰ ਹੁਣ 2-3 ਵਾਰ ਤੋਂ ਤਾਂ ਆਮ ਆਦਮੀ ਪਾਰਟੀ ਕੋਲ ਹੀ ਆ ਲਗਾਤਾਰ। ਬਰਨਾਲਾ ਜ਼ਿਲ੍ਹੇ ਦੀਆਂ ਹੀ 2-3 ਸੀਟਾਂ ਅਸਲ ਦੇ ਵਿੱਚ ਇਹੋ ਜਿਹੀਆਂ ਨੇ ਜਿਹੜੀਆਂ ਆਪ ਹੀ ਲੈ ਗਈ ਸੀ ਪਹਿਲਾਂ ਵੀ, ਜਦੋਂ 20 ਮਿਲੀਆਂ ਸੀ ਨਾ ਆਪ ਨੂੰ ਉਦੋਂ 3 ਸੀਟਾਂ ਆਪ ਕੋਲ ਸੀ ਉਦੋਂ ਵੀ, ਤੇ ਆ ਹੁਣ ਵੀ ਇਹ ਜਿੱਤਦੇ ਰਹੇ, ਜਿੱਤ ਗਏ ਆਪਣੇ ਮੀਤ ਹੇਅਰ ਜਿੱਤ ਗਏ ਸੀਗੇ, ਪਰ ਇਦੋਂ ਪਹਿਲਾਂ ਕਾਂਗਰਸ ਦੇ 92 'ਚ ਜਿੱਤੇ ਸੀਗੇ, ਤੇ ਫਿਰ ਇੱਕ ਹੋਰ ਵਾਰ ਜਿੱਤੇ, ਤੇ ਬਾਕੀ ਉਦੋਂ ਪਹਿਲਾਂ ਬਰਨਾਲਾ ਪਰਿਵਾਰ ਦੀ ਵੀ ਇਹ ਸੀਟ ਕਾਫੀ ਦੇਰ ਰਹੀ ਹੈ, ਪਰ ਉਹ ਕਮਜ਼ੋਰੀ ਹੁੰਦੀ ਹੌਲੀ ਹੌਲੀ ਚਲੀ ਗਈ। ਗਿੱਦੜਬਾਹਾ 'ਚ ਤਾਂ ਨੋਰਮਲੀ ਪ੍ਰਕਾਸ਼ ਸਿੰਘ ਬਾਦਲ ਹੀ ਆਪ ਰਹੇ ਤੇ ਫਿਰ ਮਨਪ੍ਰੀਤ ਬਾਦਲ ਨੂੰ ਲੜਾਇਆ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਇੱਕ ਗੱਲ ਜ਼ਰੂਰ ਹੈ ਕਿ ਅਕਾਲੀ ਦਲ ਦਾ ਹੁਣ ਸੀਟਾਂ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲੋਕਾਂ ਦਾ ਜਾਂ ਅਕਾਲੀ ਵਰਕਰਾਂ ਦਾ ਜਾਂ ਕੇਡਰ ਦਾ ਤੇ ਵੋਟਰ ਦਾ ਜਿਹੜਾ ਨਜ਼ਰੀਆ, ਜਿਹੜਾ ਭਰੋਸਾ ਉੱਠਿਆ ਹੋਇਆ, ਉਹਦੀ ਬਹਾਲੀ ਕਿਵੇਂ ਕਰਦਾ ਸ਼੍ਰੋਮਣੀ ਅਕਾਲੀ? ਕੀ ਉਹ ਇੰਨੇ ਨਾਲ ਹੋ ਜਾਂਦੀ ਹੈ? ਮੰਨ ਲਓ ਇੱਕ ਇਹ ਵੀ ਆਪਾਂ ਆਪਸ਼ਨ ਲੈ ਲਿਓ ਵੀ ਇਹ ਵੀ ਇਕੱਠੇ ਹੋ ਗਏ ਜੀ, ਚਲੋ ਜਥੇਦਾਰ ਸਾਹਿਬ ਨੇ ਹੁਣ ਲਿਆਂਦੇ ਤੇ ਉੱਥੇ ਕੋਈ ਸੱਦ ਲਏ ਤੇ ਤਨਖਾਹ ਲੱਗ ਗਈ, ਸੇਵਾ ਨਿਭਾ ਲਈ, ਫਿਰ ਵੀ ਇਕੱਠੇ ਹੋ ਗਏ, ਕਿ ਇੰਨੇ ਨਾਲ ਵੀ ਸਰਦਾ
ਜੇ ਵੈਸੇ ਇੰਨੇ ਨਾਲ ਵੀ ਇੱਕ ਵਾਰ ਇਕੱਠੇ ਇਲੈਕਸ਼ਨ ਲੜ ਕੇ ਦੇਖ ਲੈਣ ਤਾਂ ਵੀ ਪਤਾ ਲੱਗ ਜੂਗਾ ਲੋਕਾਂ ਦਾ ਰੌਂਕ ਕਿ ਇੰਨੇ ਨਾਲ ਸਰਦਾ ਜਾਂ ਨਹੀਂ ਸਰਦਾ। ਮਾਮਲਾ ਉਦੋਂ ਵੀ ਜ਼ਿਆਦਾ ਅਗਲਾ ਜਾਂਦਾ ਫਿਰ, ਜਿਹੜੀ ਇੱਕ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਪਾਰਟੀ ਕਿਵੇਂ ਚੱਲਣੀ, ਇਹਨਾਂ ਸੰਸਥਾਵਾਂ ਦੇ ਵਿੱਚ ਕਿਵੇਂ ਬੈਲੈਂਸ ਬਣਨਾ ਹੈ, ਇਹ ਬਾਕੀ ਚੀਜ਼ਾਂ ਕੀ ਨੇ ਜਿਹੜੀਆਂ ਵੱਡੀਆਂ ਚੀਜ਼ਾਂ ਨੇ, ਜਥੇਦਾਰ ਅਕਾਲ ਤਖ਼ਤ ਦੀ ਪਦਵੀ ਦਾ ਕਿਵੇਂ ਖੁਦ ਮੁਖਤਿਆਰ ਜਾਂ ਤਰੀਕਾਕਾਰ, ਕੋਈ ਚੋਣ ਦਾ ਵੱਖਰਾ ਕੋਈ ਵੱਖਰਾ। ਬਹੁਤ ਲੋਕ ਆਪੋ ਆਪਣੇ ਥੀਸਿਸ ਦਿੰਦੇ ਨੇ ਕਿ ਉਹਨਾਂ ਦੀ ਚੋਣ ਦਾ ਤਰੀਕਾ ਵੀ ਵੱਖਰਾ ਹੋਵੇ ਤਾਂ ਕਿ ਉਹ ਇੰਡੀਪੈਂਡੈਂਸ ਹੋਵੇ, ਬਾਕੀ ਸਾਰੇ ਮਾਮਲਿਆਂ ਦੇ ਵਿੱਚ ਕਾਰਗੁਜ਼ਾਰੀ ਤੋਂ ਲੈ ਕੇ ਸਲਾਹਕਾਰ ਬਾਡੀ ਹੋਵੇ, ਬਹੁਤ ਚੀਜ਼ਾਂ ਹੁੰਦੀਆਂ ਨੇ, ਸੈਕਟਰੀਏਟ ਇੰਡੀਪੈਂਡੈਂਟ ਹੋਵੇ, ਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਇੰਡੀਪੈਂਡੈਂਟ ਫੰਕਸ਼ਨਿੰਗ ਡੇ ਟੂ ਡੇ 'ਚ ਘੱਟੋ ਘੱਟ ਉਹ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੋਵੇ ਜਦੋਂ ਇਲੈਕਸ਼ਨ ਲੜਦੀ ਹੈ। ਉਹ ਚੀਜ਼ਾਂ ਵੀ ਤਾਂ ਨਾਲ ਰਹਿਣਗੀਆਂ ਨਾ, ਉਹ ਇਹ ਚੀਜ਼ਾਂ ਹਜੇ ਐਡੀ ਜਲਦੀ ਤਾਂ ਨਹੀਂ ਹੱਲ ਹੋ ਜਾਣਗੀਆਂ। ਤੇ ਜੇ ਲੋਕਾਂ ਦੇ ਵਿੱਚ ਇੱਕ ਗੱਲ ਹੋਰ ਵੀ ਹੈ ਇਹਦੇ ਨਾਲ ਦੀ ਨਾਲ, ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਇੱਕ ਅਲੱਗ ਗੱਲ ਹੈ, ਬਾਕੀ ਚੀਜ਼ਾਂ ਅਲੱਗ ਗੱਲ ਨੇ। ਜੇ ਉਹ ਕਹਿੰਦੇ ਨੇ ਅਸੀਂ ਅਜੇ ਇੱਕ ਵਾਰ ਇਸ ਲੀਡਰਸ਼ਿਪ ਨੂੰ ਨਹੀਂ ਦੇਖਣਾ ਚਾਹੁੰਦੇ, ਲੀਡਰਸ਼ਿਪ ਰੀਸਫਲਿੰਗ ਚਾਹੀਦੀ ਹੈ, ਬਾਅਦ ਚ ਦੇਖੀ ਜਾਓ ਜੀਵ ਜੋ ਬਣਦਾ, ਉਹ ਵੀ ਕੀਤੇ ਬਿਨਾਂ ਦੁਬਾਰਾ ਲੋਕ ਨਾਲ ਆ ਸਕਦੇ ਨੇ, ਇਹ ਤਜਰਬਾ ਹੈ ਅਕਾਲੀ ਦਲ ਕਰਕੇ ਦੇਖ ਲੈ। ਜੇ ਨਹੀਂ, ਬਹੁਤ ਸਾਰਿਆਂ ਦਾ ਮੰਨਣਾ ਇਹ ਹੈ ਕਾਫੀ ਦਾ ਅਕਾਲੀ ਦਲ ਦੇ ਅੰਦਰ ਵੀ, ਕਿ ਜੇ ਇੱਕ ਵਾਰ ਲੀਡਰਸ਼ਿਪ ਸਾਈਡ ਤੇ ਹੋ ਜੇ ਅਗਲੀ ਇਲੈਕਸ਼ਨ ਚ ਰਿਜ਼ਲਟ ਦਿਖ ਜੂਗਾ ਕਿ ਲੋਕ ਕੀ ਚਾਹੁੰਦੇ ਨੇ ਤੇ ਕਿੱਧਰ ਨੂੰ ਜਾਂਦੇ ਨੇ। ਕੀ ਅਕਾਲੀ ਦਲ ਇਹ ਤਜਰਬਾ ਵੀ ਕਰ ਸਕਦਾ, ਕੀਤਾ ਜਾ ਸਕਦਾ ਜਾਂ ਨਹੀਂ? ਤੇ ਉਦੋਂ ਅਗਲੀ ਇੱਕ ਗੱਲ ਇਹ ਵੀ ਹੈ ਗਿੱਦੜ ਵਾਹੇ ਦੀ, ਰਾਜਾ ਬੜਿੰਗ ਬਾਰੇ ਵੀ ਕਨਸੋਹਾਂ ਇਹੋ ਜਿਹੀਆਂ ਆ ਰਹੀਆਂ ਨੇ, ਉਹ ਗਿੱਦੜ ਵਾਹ ਚ ਇੰਟਰਸਟਡ ਨਹੀਂ ਆ। ਉਹ ਅਸੈਂਬਲੀ ਦੇ ਤੌਰ ਤੇ ਵੀ ਆਪਣੀ ਫੈਮਿਲੀ ਸੀਟ ਦੇ ਤੌਰ ਤੇ ਮੁਕਤਸਰ ਸ਼ਿਫਟ ਕਰ ਜਾਣਾ ਚਾਹੁੰਦੇ ਨੇ। ਉਹਦਾ ਆਪਣਾ ਪਿੰਡ ਰਾਜਾ ਜਿਹੜਾ ਬੜਿੰਗ ਪਿੰਡ ਹੈ ਉਹ ਮੁਕਤਸਰ ਦੇ ਵਿੱਚ ਹੀ ਪੈਂਦਾ। ਮੁਕਤਸਰ ਦੇ ਵਿੱਚ ਕਰਨ ਬਰਾੜ ਦੋ ਵਾਰ ਰਹੇ, ਐਤਕੀ ਵੀ ਬਹੁਤ ਘੱਟ ਸੀਟਾਂ ਪਈਆਂ ਨੇ, ਹੱਦੋਂ ਘੱਟ ਸੀਟਾਂ ਪਈਆਂ ਨੇ, ਵੋਟਾਂ ਪਈਆਂ ਨੇ ਮੁਕਤਸਰ ਤੋਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਵੀ ਪਈਆਂ ਨੇ, ਉਦੋਂ ਪਹਿਲਾਂ ਵੀ ਜਿਹੜੀਆਂ ਚੀਜ਼ਾਂ ਨੇ। ਤੇ ਉਹ ਹਰਚਰਨ ਬਰਾੜ ਕਰਕੇ ਪੁਰਾਣੀ ਸੀਟ ਸੀਗੀ, ਫਿਰ ਕਰਨ ਬਰਾੜ ਨੂੰ ਮਿਲਦੀ ਰਹੀ, ਉਹਨਾਂ ਦੇ ਬੇਟੇ ਨੂੰ ਵੀ ਮਿਲੀ ਇੱਕ ਵਾਰ MLA। ਔਰ ਸੁਣਿਆ ਔਰ ਇਹ ਗੱਲ ਘੱਟੋ ਘੱਟ ਜੇ ਅੱਜ ਨਹੀਂ ਤਾਂ 27 ਚ ਤਾਂ ਪੱਕੀ ਹੋਣ ਦੀ ਸੰਭਾਵਨਾ ਹੈ ਕਿ ਰਾਜਾ ਬੜਿੰਗ 27 ਗਿੱਦੜ ਵਾਹੇ ਦੀ ਜਗ੍ਹਾ ਮੁਕਤਸਰ ਦੇ ਵਿੱਚ ਜ਼ਿਆਦਾ ਇੰਟਰਸਟਡ ਨੇ। ਐਸ ਸੀਟ ਤੇ ਵੀ ਸ਼ਾਇਦ ਉਹ ਕਿਸੇ ਹੋਰ ਦੀ ਫਿਰ ਇਹ ਦੇਖਣ ਕਿ ਬਾਈ ਇਲੈਕਸ਼ਨ ਹਾਰਨ ਨਾਲੋਂ ਕੋਈ ਹੋਰ ਲੀਡਰ ਲਿਆਂਦਾ ਜਾਵੇ ਜਾਂ ਨਾ, ਜਾਂ ਫਿਰ ਲੋਕ ਇਹੀ ਕਹਿ ਦੇਣਗੇ ਪਾਰਟੀ ਵਾਲੇ ਵੀ ਹੁਣ ਇਹ ਟਫ ਸੀਟ ਹੈ ਰਾਜਾ ਬੜਿੰਗ ਜੀ, ਚਲੋ ਅੰਮ੍ਰਿਤਾ ਬੜਿੰਗ ਨੂੰ ਹੀ ਲੜਾ ਲਓ ਪਹਿਲਾਂ ਤੁਸੀਂ ਬਠਿੰਡੇ ਤੋਂ, ਤਾਂ ਨਹੀਂ ਲੜਾਈ ਮਤਲਬ ਪਾਰਲੀਮੈਂਟ ਤਾਂ ਨਹੀਂ ਲੜਾਈ, ਤੁਸੀਂ ਲੁਧਿਆਣੇ ਚਲੇ ਗਏ ਹੋ, ਇੱਕ ਉਹ ਸੀਟ ਹੈ। ਤੇ ਦੂਜੀ ਗੱਲ, ਜੇ ਰਾਜਾ ਬੜਿੰਗ ਨੇ ਲੜਨੀ ਹੋਈ ਮੁਕਤਸਰ ਨਾ ਮਿਲੀ ਤਾਂ ਲੁਧਿਆਣੇ ਦੀ ਕਿਸੇ ਸੀਟ ਤੇ ਵੀ ਅਸੈਂਬਲੀ ਤੇ ਵੀ ਅੱਖ ਹੋ ਸਕਦੀ ਹੈ। ਇਹ ਪਾਰਟੀ ਦੇ ਅੰਦਰ ਦੀ ਚਰਚਾ ਹੈ ਸੀਨੀਅਰ ਲੀਡਰਸ਼ਿਪ ਦੇ ਕਿ ਜੋ ਵੀ ਉਹ ਕਰ ਰਹੇ ਨੇ। ਬਾਕੀ ਹੁਣ ਜਦੋਂ ਸੀਟਾਂ ਆ ਗਈਆਂ, ਜਦੋਂ ਇਲੈਕਸ਼ਨ ਅਨਾਊਂਸ ਹੋ ਗਈ ਕੈਂਡੀਡੇਟਾਂ ਦਾ, ਉਦੋਂ ਬਾਅਦ ਪਤਾ ਲੱਗਣਾ ਕਿ ਜਾਊਗੀ ਕਿੱਧਰ ਨੂੰ। ਵੈਸੇ ਤਾਂ ਰਾਜਾ ਬੜਿੰਗ ਸਾਹਿਬ ਇੱਥੋਂ ਜ਼ਿਆਦਾ ਟਫ ਫਾਈਟ 'ਚ ਫਸਣ ਦੀ ਬਜਾਏ ਬਣੀ ਬਣਾਈ ਇੱਜ਼ਤ ਕਿਤੇ ਗਵਾਚ ਨਾ ਜਾਵੇ ਇਸ ਡਰੋਂ, ਇਹ ਵੀ ਇੱਕ ਸ਼ੁਰਲੀ ਛੱਡ ਸਕਦੇ ਆ ਵੀ ਇੱਕ ਪਰਿਵਾਰ ਇੱਕ ਟਿਕਟ, ਇਹਦੇ ਨਾਲ ਕਈਆਂ ਦੇ ਨਿਸ਼ਾਨੇ ਹੋ ਜਾਣੇ ਆ। ਮੈਨੂੰ ਲੱਗਦਾ ਰਸਤੇ ਕੱਢ ਲੈਂਦੇ ਹੁੰਦੇ ਪੋਲੀਟੀਸ਼ੀਅਨ ਕਿ ਦੇਖੋ ਜੀ ਅਸੀਂ ਤਾਂ ਅਸੂਲ ਪ੍ਰਸਤੀ ਤੇ ਜਾਵਾਂਗੇ, ਪਰ ਗਾਂਧੀ ਪਰਿਵਾਰ ਨੇ ਤਾਂ ਕਾਫੀ ਚੀਜ਼ਾਂ ਜਿਹੜੀਆਂ ਇੱਕ ਪਰਿਵਾਰ 'ਚ ਹੀ ਕਰ ਲਈਆਂ। ਇਸ ਕਰਕੇ ਮੈਨੂੰ ਲੱਗਦਾ ਕਾਂਗਰਸ ਹੁਣ ਇਹਦੇ 'ਤੇ ਬਹੁਤਾ ਵਜਨ ਦਿਓਗੇ ਨਹੀਂ। ਸਰਦਾਰ ਜਗਤਾਰ ਸਿੰਘ ਜੀ, ਇੱਕ ਖਬਰ ਤੁਹਾਡੇ ਤੋਂ ਲੈਣੀ ਬਣਦੀ ਆ, ਮੁੱਖ ਮੰਤਰੀ ਦੇ ਮਾਮਲੇ 'ਚ ਜਿਹੜੀਆਂ ਕਨਸੋਆਂ ਲਗਾਤਾਰ ਸਰਫੇਸ ਹੁੰਦੀਆਂ ਰਹੀਆਂ ਕਿ ਜਿਹੜੇ ਸੱਤਾ ਦੇ ਟਕਰਾਅ ਹੈ ਉਹਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਸੰਕਟ ਦਾ ਸਾਹਮਣਾ ਹੋ ਸਕਦਾ ਪਾਰਲੀਮਾਨੀ ਚੋਣ ਦੇ ਵਿੱਚ ਨਤੀਜੇ ਚੰਗੇ ਨਾ ਆਉਣ ਕਰਕੇ, ਉਹ ਮੇਰੇ ਖਿਆਲ ਧੋਣਾ
ਇਹਦੇ ਨਾਲ ਧੋਤਾ ਜਾਊਗਾ ਕਿ ਨਹੀਂ? ਜੇ ਤੁਸੀਂ ਇਹਦੇ ਤੇ ਚਾਨਣਾ ਪਾ ਸਕੋ ਅੱਗੇ ਨਾਲੋਂ ਉਹਨਾਂ ਦੀ ਪਾਵਰ ਦਿੱਲੀ ਚ ਗੱਲ ਕਰਨ ਲਈ ਵਧੇਗੀ, ਜਿਹੜਾ ਹੁਣ ਰੱਦੋ ਬਦਲ ਹੋਣਾ ਭਾਵੇਂ ਉਹ ਵਜ਼ਾਰਤ ਵਿੱਚ ਹੋਵੇ ਤੇ ਭਾਵੇਂ ਬਿਊਰੋਕਰੇਸੀ ਚ ਹੋਵੇ, ਪ੍ਰਸ਼ਾਸਨਿਕ ਰੱਦੋ ਬਦਲ, ਉਹਦੇ ਵਿੱਚ ਉਹਨਾਂ ਦੀ ਪੁੱਗ ਜਾਊਗੀ ਜ਼ਿਆਦਾ ਅੱਗੇ ਨਾਲੋਂ, ਕਿਉਂਕਿ ਕੇਜਰੀਵਾਲ ਸਾਹਿਬ ਵੀ ਫਸੇ ਫਸੇ ਹੈਗੇ ਨੇ। ਕੇਜਰੀਵਾਲ ਸਾਹਿਬ ਜ਼ਿਆਦਾ ਫਸੇ ਹੋਏ ਆ ਥੋੜੇ, ਸੋ ਜਿਹੜਾ ਇਹਨਾਂ ਦਾ ਕੇਂਦਰ ਹੈ ਨਾ ਉਹ ਕਮਜ਼ੋਰ ਹੋਇਆ ਹੋਇਆ, ਇੱਕ ਤਾਂ ਕੇਂਦਰ ਕਮਜ਼ੋਰ ਹੋਇਆ ਹੋਇਆ ਅਤੇ ਭਗਵੰਤ ਮਾਨ ਨੂੰ ਇੱਕ ਫਾਇਦਾ ਹੋਰ ਹੋ ਗਿਆ, ਜਿਹੜਾ ਲੀਡਰ ਪੰਜਾਬ ਦੀ ਸਾਰੀ ਬਿਊਰੋਕਰੇਸੀ ਨੂੰ ਸ਼ੁਰੂ ਦੇ ਵਿੱਚ ਕੰਟਰੋਲ ਕਰ ਰਿਹਾ ਸੀ ਰਾਘਵ ਚੱਡਾ, ਉਹ ਹੁਣ ਸਾਹਮਣੇ ਨਜ਼ਰ ਨਹੀਂ ਆਉਂਦਾ, ਉਹ ਸਾਈਡ ਲਾਈਨ ਹੋ ਗਿਆ। ਅੱਗੇ ਬਿਊਰੋਕਰੇਸੀ ਰਿਪੋਰਟ ਉੱਥੇ ਕਰਦੀ ਸੀਗੀ, ਉੱਥੋਂ ਇੰਸਟਰਕਸ਼ਨ ਆਉਂਦੀਆਂ ਸੀ ਵੀ ਫਲਾਨੇ ਬੰਦੇ ਨੂੰ ਕਿੱਥੇ ਰਿਪੋਰਟ ਕਰਨਾ, ਮੇਰਾ ਖਿਆਲ ਉਦੋਂ ਭਗਵੰਤ ਮਾਨ ਹੋਰਾਂ ਦੀ ਆਪਣੀ ਥੋੜ੍ਹੀ ਜਿਹੀ ਹਜੇ ਇਹਨਾਂ ਨੇ ਸਪੇਸ ਦਿੱਤੀ ਹੋਈ ਸੀ ਖੁਦ ਵੀ, ਕਿਉਂਕਿ ਆਪਣਾ ਐਕਸਪੀਰੀਅੰਸ ਨਹੀਂ ਸੀ ਬਹੁਤਾ, ਅਤੇ ਐਕਸਪੀਰੀਅੰਸ ਤਾਂ ਰਾਘਵ ਚੱਡਾ ਦਾ ਵੀ ਕੋਈ ਨਹੀਂ ਸੀਗਾ, ਹਾਂਜੀ ਉਹ ਗੱਲ ਵੱਖਰੀ ਹੈ, ਲੇਕਿਨ ਉਹ ਮੇਰੇ ਖਿਆਲ ਤੇਜ਼ ਜ਼ਿਆਦਾ ਸੀਗੇ ਇਹਨਾਂ ਤੋਂ, ਪੜੇ ਪੁੜੇ ਜ਼ਿਆਦਾ ਹੋਣ ਕਰਕੇ, ਦਿੱਲੀ 'ਚ ਕੰਟਰੋਲ ਕਰਦੇ ਹੋਣ ਕਰਕੇ, ਅਤੇ ਬਿਊਰੋਕਰੇਸੀ ਦੀ ਹੈਂਡਲਿੰਗ ਉਹਨਾਂ ਨੂੰ ਆਉਂਦੀ ਸੀਗੀ, ਉਹ ਫੈਕਟਰ ਖਤਮ ਹੋ ਗਿਆ। ਸੋ ਦੋਵੇਂ ਇਹ ਗੱਲਾਂ ਆਪਣੇ ਜਲੰਧਰ ਇਲੈਕਸ਼ਨ ਨੂੰ ਛੱਡ ਕੇ, ਇਹ ਜਿਹੜੇ ਦੋ ਬਾਹਰ ਵਾਲੇ ਫੈਕਟਰ ਹੈਗੇ ਆ, ਕੇਜਰੀਵਾਲ ਦਾ ਕਮਜ਼ੋਰ ਹੋਣਾ ਅਤੇ ਰਾਘਵ ਚੱਡਾ ਦਾ ਪਾਸੇ ਹੋਣਾ, ਇਹ ਭਗਵੰਤ ਮਾਨ ਦੇ ਹਿੱਤ ਦੇ ਵਿੱਚ ਹੈ। ਅਤੇ ਚੈਲੇਂਜ ਦੀ ਗੱਲ ਬੜੀ ਪੁਰਾਣੀ ਆ ਰਹੀ ਹੈ, ਕੋਈ ਨਵੀਂ ਗੱਲ ਨਹੀਂ ਆ ਰਹੀ, ਮੈਂ ਕਿਹਾ ਸਾਲ ਤੋਂ ਲਗਾਤਾਰ ਹੀ ਆ ਰਹੀ ਹੈ, ਇਹ ਮੈਨੂੰ ਸਮਝ ਨਹੀਂ ਕਦੇ ਵੀ ਆਈ ਬਈ ਇਹ ਕਿਉਂ ਇੱਕ ਨਰੇਟਿਵ ਲਗਾਤਾਰ ਬਿਲਡ ਹੋਇਆ, ਜਦਕਿ ਉਹਦੀ ਐਵੀਡੈਂਸ ਕਦੇ ਕੋਈ ਨਹੀਂ ਮਿਲੀ ਡਾਇਰੈਕਟਲੀ, ਨਹੀਂ ਤਾਂ ਪਾਰਟੀਆਂ ਜਿਹੜੇ ਅੰਦਰ ਰੌਲੇ ਪੈਂਦੇ ਕਿਸੇ ਸੀਐਮ ਦੇ ਖਿਲਾਫ ਕੋਈ ਸੁਗ ਬੁਗਾਟ ਹੁੰਦੀ ਹੈ ਉਹ ਆਮਣੇ ਆ ਜਾਂਦੀ ਹੈ, ਬਹੁਤ ਛੋਟੀ ਛੋਟੀ ਗੱਲਾਂ, ਬਾਕੀ ਮੇਨ ਕੋਈ ਨਹੀਂ ਗੀ। ਲੇਕਿਨ ਹੁਣ ਮੇਰੇ ਖਿਆਲ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਜਿਹੜੀ ਹੈਗੀ ਹੈ ਉਹ ਥੋੜ੍ਹੀ ਜਿਹੀ ਸਟੇਬਲਾਈਜ਼ ਹੋ ਗਈ। ਜੀ ਸਾਹਮੀਰ ਸਿੰਘ ਜੀ, ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਹਰਿਆਣਾ ਸਰਕਾਰ ਨੂੰ ਝਟਕਾ ਲੱਗਦਾ ਹੈ ਕਿ ਸ਼ੰਭੂ ਬਾਰਡਰ ਕਿਉਂ ਬੰਦ ਰੱਖਿਆ ਗਿਆ, ਉਹ ਬੈਰੀਅਰ ਹਟਾਏ ਜਾਣ, ਰਸਤਾ ਖੋਲਿਆ ਜਾਵੇ, ਉਹਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਦਾ ਰੁੱਖ ਕਰਦੀ ਹੈ ਅਤੇ ਸੁਪਰੀਮ ਕੋਰਟ ਦੇ ਵਿੱਚੋਂ ਉਹਨੂੰ ਕੋਈ ਰਾਹਤ ਨਹੀਂ ਮਿਲਦੀ, ਸਗੋਂ ਹਰਿਆਣਾ ਸਰਕਾਰ ਨੂੰ ਉੱਥੇ ਮੁਸ਼ਕਲ ਸਥਿਤੀ ਦਾ ਸਾਹਮਣਾ ਹੈ। ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਮਤਲਬ ਕੀ ਆ ਹਾਈਵੇ ਬੰਦ ਰੱਖਣ ਦਾ, ਇਹਨੂੰ ਸੁਚਾਰੂ ਢੰਗ ਨਾਲ ਟ੍ਰੈਫਿਕ ਨੂੰ ਕਿਉਂ ਨਹੀਂ ਚਲਾਉਂਦੇ ਤੁਸੀਂ, ਇਹਨੂੰ ਮੈਂ ਕਿਵੇਂ ਲਵਾਂ ਜੀ, ਜਿਹੜਾ ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ ਇਹਨੂੰ ਮੈਂ ਕਿਵੇਂ ਲਵਾਂ? ਇਹਦਾ ਮਤਲਬ ਇਹ ਹੈ ਕਿ ਹਰਿਆਣਾ ਸਰਕਾਰ ਦੇ ਅਜੇ ਵੀ ਹਾਈ ਕੋਰਟ ਦਾ ਫੈਸਲਾ ਵੀ ਹਜ਼ਮ ਨਹੀਂ ਸੀ ਹੋ ਰਿਹਾ, ਵੀ ਹਾਈ ਕੋਰਟ ਨੇ ਇੱਕ ਫੈਸਲਾ ਦੇ ਤਾ ਤੇ ਤੁਸੀਂ ਉਹਨੂੰ ਮੰਨਣ ਉੱਤੇ ਅੱਗੇ ਤੋਰੋ ਗੱਲ ਤੇ ਉਹ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਨੇ ਕੁਐਸਚਨ ਪੁੱਛਿਆ ਹਰਿਆਣਾ ਸਰਕਾਰ ਦੇ ਵਕੀਲ ਨੂੰ, ਉਹ ਕਹਿੰਦੇ ਕਦੇ ਕੋਈ ਸਟੇਟ ਆਪ ਆਪਣੀ ਹਾਈਵੇ ਰੋਕਦੀ ਆ ਇਸ ਤਰੀਕੇ ਦੇ ਨਾਲ, ਕਿੱਲ ਗੱਡਦੀ ਆ, ਕੋਈ ਹਿਸਟਰੀ ਹੈਗੀ ਇਹੋ ਜਿਹੀ ਕਿ ਤੁਸੀਂ ਆਪ ਇਹ ਬੰਦ ਕਰਨੀ ਹੁੰਦੀ ਹੈ, ਤੁਸੀਂ ਕਿਉਂ ਇੰਟਰਸਟਡ ਹੋ ਕੇ ਤੁਹਾਡਾ ਰਸਤਾ ਬੰਦ ਰਹੇ ਜਿਹੜਾ ਜੀ ਟੀ ਰੋਡ ਜਾਂ ਬਾਕੀ ਦੇ, ਜਾਂ ਦੂਜੇ ਲੋਕ ਜਿਹੜੇ ਆਪਣੇ ਕੈਪੀਟਲ ਲਾਉਣਾ ਚਾਹੁੰਦੇ ਨੇ ਕਿਉਂਕਿ ਰਸਤੇ 'ਚ ਤੁਸੀਂ ਪੈਂਦੇ ਹੋ, ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਕਿ ਤੁਸੀਂ ਰਸਤਾ ਰੋਕ ਕੇ ਕਹਿ ਦਿਓ ਜੀ ਅਸੀਂ ਇੱਧਰ ਜਾਣ ਨਹੀਂ ਦਿੰਦੇ? ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਦੂਜੀ ਗੱਲ ਉਹ ਕਹਿੰਦੇ ਕਿਸਾਨਾਂ ਕਰਕੇ ਹੈ ਜੀ ਆਹ ਗੱਲ, ਉਹ ਕਹਿੰਦੇ ਵੀ ਕਿਸਾਨ ਵੀ ਦੇਸ਼ ਦੇ ਸਿਟੀਜ਼ਨ ਨੇ, ਉਹ ਤੁਹਾਡੀ ਤੁਹਾਡੇ ਸੂਬੇ 'ਚ ਆ ਕੇ ਕੋਈ ਬਹਿ ਜਾਣਗੇ, ਕਬਜ਼ਾ ਕਰ ਲੈਣਗੇ, ਉਹ ਲੰਘਣਗੇ ਉੱਥੇ ਦੀ ਦਿੱਲੀ ਆਉਣਗੇ ਜਿੱਥੇ ਮੈਦਾਨ ਕੋਈ ਹੋਊਗਾ, ਬੈਠਣਗੇ, ਧਰਨਾ ਦੇਣਗੇ, ਮੁੜ ਜਾਣਗੇ, ਮਤਲਬ ਪਰਮਾਨੈਂਟ ਤਾਂ ਉੱਥੇ ਆ ਕੇ ਘਰ ਨਹੀਂ ਪਾਉਣ ਲੱਗੇ, ਮੁੜ ਜਾਣਗੇ ਧਰਨਾ ਦੇ ਕੇ, ਕੋਈ ਕਿੰਨੇ ਦਿਨ, ਕੋਈ ਕਿੰਨੇ ਦਿਨ, ਇਹ ਕਿੰਨੀ ਕੁ ਵੱਡੀ ਗੱਲ ਹੈ,
ਇਹ ਸਾਰੀਆਂ ਟਿੱਪਣੀਆਂ ਕਰਕੇ ਸੁਪਰੀਮ ਕੋਰਟ ਨੇ ਉਹਨਾਂ ਦੀ ਖਾਰਜ ਕਰਤੀ ਵੀ ਤੁਸੀਂ ਲੈ ਕੇ ਕਿਉਂ ਆਏ ਹੋ। ਅੰਡਰਸਟੈਂਡ ਇਹੀ ਨਹੀਂ ਸਮਝ ਆਉਂਦੀ ਸਾਡੇ ਵੀ ਤੁਸੀਂ ਹਾਈ ਕੋਰਟ ਦੇ ਆਰਡਰ ਨੂੰ ਸਟੇ ਕਰਨ ਲਈ ਸਾਡੇ ਕੋਲ ਲੈ ਕੇ ਆ ਰਹੇ, ਜਦਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਠੀਕ ਹੈ ਜੀ। ਹਾਂ, ਜਿਹੜੀ ਲਾ ਐਂਡ ਆਰਡਰ ਸਿਚੁਏਸ਼ਨ ਹੈ ਬਾਕੀ ਦੀਆਂ ਨੇ ਉਹ ਤੁਹਾਡੀ ਜ਼ਿੰਮੇਵਾਰੀ, ਸਟੇਟ ਹੈ ਕਾਹਦੇ ਵਾਸਤੇ, ਉਹਦੀ ਪੁਲਿਸਿੰਗ ਕਾਹਦੇ ਵਾਸਤੇ ਆ, ਉਹਦੀਆਂ ਬਾਕੀ ਚੀਜ਼ਾਂ, ਹੋਰ ਬਹੁਤ ਸਾਰੇ ਤਰੀਕੇ ਹੁੰਦੇ ਨੇ ਜਿਹੜੇ ਤਰੀਕਿਆਂ ਨਾਲ ਤੁਸੀਂ ਟੈਕਲ ਕਰਦੇ ਹੋ ਉਹਨਾਂ ਚੀਜ਼ਾਂ ਨੂੰ, ਪਰ ਉਹ ਤਰੀਕੇ ਦੇ ਨਾਲ ਨਾਲ ਲੋਕਾਂ ਦਾ ਡੈਮੋਕ੍ਰੇਸੀ ਦੇ ਵਿੱਚ ਇੱਕ ਜਿਹੜੇ ਰਾਈਟ ਨੇ ਆਪਸ ਦੇ ਵਿੱਚ ਬੈਠਣਾ, ਧਰਨਾ ਦੇਣਾ, ਆਵਾਜ਼ ਉਠਾਉਣਾ, ਮਤਲਬ ਇਕੱਠੇ ਹੋਣਾ ਪੀਸਫੁਲ ਤਰੀਕੇ ਦੇ ਨਾਲ, ਆਰਟੀਕਲ 19 ਦਾ ਜਿਹੜਾ ਜ਼ਿਕਰ ਵਾਰ ਵਾਰ ਹੁੰਦਾ, ਤੇ ਤੁਸੀਂ ਉਹਨੂੰ ਕਿਵੇਂ ਰੋਕ ਸਕਦੇ ਹੋ? ਕੀ ਆ ਹੁਣ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਹਰਿਆਣਾ ਦੇ ਸਾਹਮਣੇ ਕੋਈ ਚਾਰਾ ਨਹੀਂ ਹੈ, ਹੁਣ ਇਹ ਰਸਤਾ ਖੋਲਣਾ ਹੀ ਪਊਗਾ ਜੀ, ਤੇ ਖੁੱਲੂ ਜੂਗਾ ਵੱਧ ਤੋਂ ਵੱਧ। ਉਹ ਇਹ ਕਹਿੰਦੇ ਨੇ ਜੀ ਉਹਨਾਂ ਜਗ੍ਹਾ ਤੇ ਜਾਓ ਜਿਹੜੀਆਂ ਜਗ੍ਹਾ ਪ੍ਰਸਕ੍ਰਾਈਬਡ ਨੇ ਕਿ ਤੁਹਾਡੇ ਲਈ ਹੈਗੀਆਂ ਨੇ। ਹੁਣ ਇਹ ਤਾਂ ਹਰਿਆਣਾ ਗੌਰਮੈਂਟ ਦਾ ਕੰਮ ਨਹੀਂ ਹੈ, ਜੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਇਹ ਤਾਂ ਦਿੱਲੀ ਦੀ ਸਰਕਾਰ ਸੋਚੂਗੀ ਨਾ ਕਿੱਥੇ ਧਰਨਾ ਦੇਣਾ, ਇਹ ਤਾਂ ਹਰਿਆਣੇ ਦਾ ਇਸ਼ੂ ਨਹੀਂ ਬਣਦਾ ਕਿ ਕਿੱਥੇ ਬੈਠਣਾ ਤੁਸੀਂ। ਤੇ ਦਿੱਲੀ ਦੇ ਵਿੱਚ ਉਹਨਾਂ ਨੇ ਜੰਤਰ ਮੰਤਰ ਵੀ ਇਸ ਲਈ ਪ੍ਰਸਕ੍ਰਾਈਬਡ ਹੈ, ਸਾਰੇ ਮੁਜ਼ਾਹਰੇ ਉੱਥੇ ਹੋ ਰਹੇ ਨੇ ਜੇ ਇਕੱਠ ਘੱਟ ਹੋਵੇ, ਜੇ ਇਕੱਠ ਵੱਡਾ ਹੋਵੇ ਤਾਂ ਰਾਮਲੀਲਾ ਗਰਾਊਂਡ ਵੀ ਜਾਂਦੇ ਨੇ, ਤਾਂ ਹੋਰਾਂ ਥਾਵਾਂ ਤੇ ਵੀ ਜਾਂਦੇ ਨੇ। ਇਹ ਦਿੱਲੀ ਨੇ ਫੈਸਲਾ ਕਰਨਾ ਇਦੋਂ ਪਹਿਲਾਂ, ਹੁਣ ਦਿੱਲੀ ਇੱਕ ਪੰਗਾ ਹੋਰ ਹੈ, ਇਦੋਂ ਬਾਅਦ ਇੱਕ ਹੋਰ ਜਾਂਦਾ ਜੀ। ਦਿੱਲੀ ਦੇ ਜਿਹੜੇ ਗਰਾਊਂਡ ਨੇ, ਜਿਹੜੇ ਸਥਾਨ ਨੇ, ਇਹ ਸਾਰੇ ਦਿੱਲੀ ਦੀ ਸਟੇਟ ਗੌਰਮੈਂਟ ਦੇ ਅਧੀਨ ਆਉਂਦੇ ਨੇ, ਜੇਲ੍ਹਾਂ ਨੇ। ਤੇ ਦੂਜਾ ਮਾਮਲਾ ਜਿਹੜਾ ਪੁਲਿਸ ਦਾ ਤੇ ਲਾ ਐਂਡ ਆਰਡਰ ਬਾਕੀ, ਉਹ ਦਿੱਲੀ ਦੇ ਗ੍ਰਹਿ ਮੰਤਰਾਲੇ ਦੇ ਨਾਲ, ਕੇਂਦਰ ਸਰਕਾਰ ਨਾਲ ਹੈ। ਮਤਲਬ ਇਹਨਾਂ ਨੇ ਪਹਿਲਾਂ ਵੀ ਕਿਸਾਨਾਂ ਬਾਰੇ ਕਿਹਾ ਸੀ ਦਿੱਲੀ ਦੀ ਸਰਕਾਰ ਨੂੰ, ਆਮ ਆਦਮੀ ਪਾਰਟੀ ਦੀ ਨੂੰ, ਵੀ ਇਹਨੂੰ ਜੇਲ੍ਹ 'ਚ ਕਨਵਰਟ ਕਰੋ ਤੁਸੀਂ, ਡੈਜੀਗਨੇਟ ਕਰ ਦਿਓ ਇਹ ਜਿਹੜੀ ਜਗ੍ਹਾ ਜਿਹੜੇ ਰਾਮਲੀਲਾ ਗਰਾਊਂਡ ਵੀ ਆ ਤੇ ਬਾਕੀ। ਉਹ ਕਹਿੰਦੇ ਅਸੀਂ ਤਾਂ ਕਰਦੇ ਨਹੀਂ, ਜਾਂ ਇੱਥੇ ਰੋਕ ਲਾ ਕੇ ਇਹਨਾਂ ਤੇ ਉਹ ਲਾ ਦਿਓ ਕੋਈ ਹੋਰ, ਵੀ ਤੁਸੀਂ ਨਹੀਂ ਬਣ ਸਕਦੇ ਇਸ ਗਰਾਊਂਡ 'ਚ। ਉਧਰੋਂ ਉਹ ਵੀ ਅੜੇ ਹੋਏ ਨੇ ਅੱਜ ਕੱਲ੍ਹ ਸੈਂਟਰ ਨਾਲ, ਮੈਨੂੰ ਲੱਗਦਾ ਉਹਦੇ ਨਾਲ ਕਿਸਾਨਾਂ ਦਾ ਥੋੜ੍ਹਾ ਜਿਹਾ ਫਾਇਦਾ ਹੋ ਜਾਣਾ। ਉਹ ਕਹਿਣਗੇ ਵੀ ਆਓ ਜੀ ਇੱਥੇ, ਵੈਲਕਮ ਹੈ ਰਾਮਲੀਲਾ ਮੈਦਾਨ, ਬੈਠੋ, ਸਾਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਗੌਰਮੈਂਟ ਆਫ ਇੰਡੀਆ ਕਿਹੜਾ ਚਾਰਜ ਲਾਊ, ਕਿਹੜੇ ਨਾਲ ਰੋਕੂਗੀ, ਕੀ ਕਰੂਗੀ? ਆਉਣ ਵਾਲੇ ਦਿਨਾਂ 'ਚ ਜੇ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਦਿੱਲੀ ਜਾ ਕੇ ਮੁੜਾਂਗੇ, ਚਾਹੇ ਇੱਕ ਦਿਨ ਮੁੜੀਏ, ਦੋ ਦਿਨ ਦੇ ਬੈਠ ਕੇ ਆਵਾਂਗੇ, ਤਾਂ ਇਦੋਂ ਬਾਅਦ ਇੱਕ ਨਵਾਂ ਇੰਟਰਸਟਿੰਗ ਇਹ ਗੱਲ ਹੈ, ਕਿਉਂਕਿ ਕੇਜਰੀਵਾਲ ਨੂੰ ਅੰਦਰ ਦੇਣ ਦੇ ਕਰਕੇ ਦਿੱਲੀ ਦੀ ਸਰਕਾਰ ਵੀ, ਆਮ ਆਦਮੀ ਪਾਰਟੀ ਦੀ ਸਰਕਾਰ ਨਾਰਾਜ਼ ਹੈ ਬੇਹੱਦ ਗੌਰਮੈਂਟ ਆਫ ਇੰਡੀਆ ਨਾਲ, ਤੇ ਗੌਰਮੈਂਟ ਆਫ ਇੰਡੀਆ ਕਿਹੜਾ ਉਹਨਾਂ ਨਾਲ ਢਿੱਲ ਗੁਜ਼ਾਰਦੀ ਹੈ? ਇਹ ਕਸਮ ਕਸ ਦੋ ਸਰਕਾਰਾਂ ਦੀ ਸ਼ਾਇਦ ਮਾੜਾ ਮੋਟਾ ਕੰਮ ਦੇ ਜੇ, ਹੋਰ ਤੀਜੀ ਧਿਰ ਨੂੰ ਹੀ ਦੇ ਜਾਂਦੀ ਹੁੰਦੀ ਹੈ ਕਈ ਵਾਰ। ਤੇ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਉੱਥੇ ਫਿਰ ਰੋਕ ਕਿਵੇਂ ਲੱਗੂਗੀ, ਕਿੱਥੇ ਬਿਠਾਉਣੇ ਜੀ। ਸਤਿਕਾਰ ਸਿੰਘ ਜੀ, ਆਖਰੀ ਟਿੱਪਣੀ। ਲੇਕਿਨ ਇਹ ਜਿਹੜੀ ਸਿਚੁਏਸ਼ਨ ਕਿਸਾਨ ਸਟਰਗਲ ਦੇ ਕੰਟੈਕਸਟ ਵਿੱਚ ਪੈਦਾ ਹੋਈ ਹੈ ਨਾ, ਪਹਿਲਾਂ ਕਦੇ ਇਸ ਤਰ੍ਹਾਂ ਹੋਈ ਨਹੀਂ ਸੀ। ਮੈਂ ਮੈਰਿਟ ਡੀਮੈਰਿਟ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਫਾਇਰ ਐਂਡ ਅਗੇਂਸਟ ਦੀ ਗੱਲ ਨਹੀਂ ਕਰ ਰਿਹਾ, ਇੱਕ ਸਿਚੁਏਸ਼ਨ ਹੈਗੀ ਹੈ, ਇਹ ਇਹਨੂੰ ਸਟੱਡੀ ਕਰਨ ਦੀ ਲੋੜ ਹੈਗੀ ਹੈ ਵੀ ਇਹ ਸਿਚੁਏਸ਼ਨ ਇਸ ਢੰਗ ਨਾਲ ਜੇ ਪੈਦਾ ਹੋਵੇ ਤਾਂ ਉਹਨੂੰ ਕਿਵੇਂ ਟੈਕਲ ਕਰਨਾ ਹੈ। ਸਾਰਿਆਂ ਸਾਰਿਆਂ ਵਾਸਤੇ, ਕਿਸਾਨਾਂ ਵਾਸਤੇ ਵੀ ਹੈ, ਬਾਕੀ ਸੈਕਟਰ ਵਾਸਤੇ ਵੀ ਹੈ। ਇਹਦੇ ਬਾਰੇ ਗੱਲਬਾਤ ਅੱਗੇ ਤੁਰਨੀ ਚਾਹੀਦੀ, ਡਿਬੇਟ ਹੋਣੀ ਚਾਹੀਦੀ ਹੈ ਬਈ ਇਹ ਜਿਹੜਾ ਮੋਡ ਹੈ ਐਜੀਟੇਸ਼ਨ ਦਾ, ਇੱਕ ਪਰਮਾਨੈਂਟ ਮੋਡ ਆਫ ਐਜੀਟੇਸ਼ਨ, ਇਹ ਬਾਕੀ ਸੈਕਸ਼ਨ ਬੜੀਆਂ ਵੱਡੀਆਂ ਵੱਡੀਆਂ ਸਟ੍ਰਾਈਕਸ ਹਿੰਦੁਸਤਾਨ ਨੇ ਦੇਖੀਆਂ। ਰੇਲਵੇ ਦੀ ਸਟ੍ਰਾਈਕ ਯੂਨੀਅਨ ਕਿਤੇ ਸਭ ਤੋਂ ਵੱਡੀ ਹੁੰਦੀ ਸੀਗੀ, ਸਭ ਤੋਂ ਵੱਡੀ ਸਟ੍ਰਾਈਕ ਰੇਲਵੇਜ਼ ਦੀ ਹੁੰਦੀ ਸੀਗੀ, ਟ੍ਰੇਡ ਯੂਨੀਅਨ ਬੰਬੇ ਦੀਆਂ ਕਾਟਨ ਮਿਲਸ ਵੱਡੀ ਸਟ੍ਰਾਈਕ ਹੁੰਦੀ ਸੀ, ਬੈਂਕ ਇੰਪਲਾਈਜ਼ ਵੱਡੀਆਂ ਸਟ੍ਰਾਈਕਸ ਹੁੰਦੀਆਂ ਸੀਗੀਆਂ। ਇਹ ਨਹੀਂ ਕਿ ਕਦੇ ਹੋਈ ਨਹੀਂ ਕੁਛ ਵੀ, ਲੇਕਿਨ ਇਸ ਢੰਗ ਨਾਲ ਜਿਹੜੀ ਐਜੀਟੇਸ਼ਨ ਹੈ ਇਹ ਪਹਿਲਾਂ ਮੁਲਕ ਦੇ ਵਿੱਚ ਕਦੇ ਨਹੀਂ ਹੋਈ। ਇਹ ਆਪਣੇ ਆਪ 'ਚ ਨਵੀਂ ਗੱਲ ਹੈ, ਜਿਹੜੀ ਚੀਜ਼ ਨਵੀਂ ਹੋਵੇ ਉਹਦੇ ਬਾਰੇ ਡਿਬੇਟ ਹੋਣੀ ਚਾਹੀਦੀ ਹੈ।
ਜੇ ਇਹਨਾਂ ਦਾ ਰਾਈਟ ਸੜਕ ਜਾਂ ਰੇਲਵੇ ਟਰੈਕ ਰੋਕਣ ਦਾ ਹੈ ਤੇ ਆਮ ਬੰਦੇ ਦਾ ਰਾਈਟ ਉਸ ਸੜਕ ਨੂੰ ਤੇ ਉਸ ਰੇਲਵੇ ਟਰੈਕ ਨੂੰ ਯੂਜ਼ ਕਰਨ ਦਾ ਹੈ, ਬਰਾਬਰ ਦੇ ਰਾਈਟ ਹੈਗੀ ਹੈ। ਰਾਈਟ ਸਿਰਫ ਰਾਈਟ ਨਹੀਂ ਹੁੰਦੇ, ਉਹਨਾਂ ਨਾਲ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ। ਰਾਈਟਸ ਐਂਡ ਡਿਊਟੀਜ਼ ਇਹ ਦੋਵੇਂ ਨਾਲ ਨਾਲ ਚੱਲਦੇ ਆ, ਭਾਵੇਂ ਕੋਈ ਵੀ ਹੈ, ਭਾਵੇਂ ਸਰਕਾਰ ਹੈ ਭਾਵੇਂ ਆਮ ਆਦਮੀ ਹੈ, ਇਹ ਦੋ ਜਦ ਤੱਕ ਬਰਾਬਰ ਰੱਖ ਕੇ ਨਹੀਂ ਦੇਖਦੇ ਇਹ ਗੱਲ ਨਹੀਂ ਬਣਦੀ। ਜਿਹੜਾ ਇਹ ਰਸਤਾ ਰੋਕਣ ਦੀ ਇਹਨਾਂ ਨੇ ਸ਼ੁਰੂ ਕੀਤਾ, ਇਹ ਟਿਕਰੀ ਤੇ ਸਿੰਘੂ ਬਾਰਡਰ ਤੋਂ ਹੋਇਆ ਸੀਗਾ ਜੀ, ਉਦੋਂ ਵੀ ਐਂਬੂਲੈਂਸ ਵਾਸਤੇ ਰਸਤਾ ਬਣਾਤਾ ਸੀ ਮੇਰਾ ਖਿਆਲ, ਹੁਣ ਇੱਥੇ ਬਣ ਨਹੀਂ ਸਕਦਾ ਜਾਂ ਕੀ ਹੈ ਮੈਨੂੰ ਪਤਾ ਨਹੀਂ ਗਾ। ਇਹ ਤਰੀਕਾ ਗਲਤ ਹੈ ਸਰਕਾਰਾਂ ਦਾ। ਬਾਰਡਰ ਬੰਦ ਕਿਉਂ ਹੋਵੇ? ਤੁਸੀਂ ਉਸ ਸਿਚੁਏਸ਼ਨ ਨੂੰ ਡੀਲ ਕਰੋ ਤੇ ਟੈਕਲ ਕਰੋ, ਗੱਲਬਾਤ ਕਰੋ। ਲੋਕ ਪਰਮਾਨੈਂਟਲੀ ਸੜਕਾਂ ਤੇ ਕਿਉਂ ਬੈਠਣ ਜੀ ਐਡਾ ਲੰਬਾ? ਨੈਗੋਸ਼ੀਏਟ ਕਰੋ। ਹੁਣ ਕਿਸਾਨੀ ਦੀ ਸਮੱਸਿਆ ਇੱਕ ਹੋਰ ਹੈ ਜਿਹੜੀ ਗੱਲ ਮੈਂ ਲਗਾਤਾਰ ਕਰਦਾ ਹੁੰਦਾ, ਇਹਨਾਂ ਦੀ ਕੰਪੀਟੀਟਿਵ ਪੋਲੀਟਿਕਸ ਆਪਸ ਦੇ ਵਿੱਚ। ਅੱਜ ਇੱਕ ਨੇ ਕਾਲ ਦਿੱਤੀ, ਕੱਲ੍ਹ ਨੂੰ ਦੂਜੇ ਨੇ ਦਿੱਤੀ, ਹੁਣ ਅੱਜ ਵੀ ਖਬਰ ਛਪੀ ਹੈ, ਸ਼ਾਇਦ ਕੱਲ੍ਹ ਵੀ ਛਪੀ ਸੀਗੀ ਕਿ ਹੁਣ ਜਿਹੜੇ ਤੁਹਾਡੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਹੈਗੇ ਆ ਉਹ ਪੰਜਾਬ ਦੇ ਵਿੱਚ ਖੜ ਗਏ ਆ ਕੇ। ਪੀ ਐਮ ਨੇ ਮੀਟਿੰਗ ਬੁਲਾਈ ਹੈ, ਉਹ ਕਹਿੰਦੀ ਲਫ਼ਜ਼ ਵਰਤਿਆ ਗਿਆ ਪਰਮਾਨੈਂਟ ਐਜੀਟੇਸ਼ਨ ਮੋਡ, ਵੀ ਇੱਥੇ ਲਗਾਤਾਰ ਹੀ ਇਹ ਸਿਚੁਏਸ਼ਨ ਬਣ ਰਹੀ ਹੈ। ਜੇ ਪੀ ਐਮ ਇੱਕ ਸੜਕ ਬਣਾਉਣ ਵਾਸਤੇ ਪੀ ਐਮ ਮੀਟਿੰਗ ਕਰ ਰਿਹਾ ਹੈ, ਇਹਦਾ ਮਤਲਬ ਸਿਚੁਏਸ਼ਨ ਸੀਰੀਅਸ ਹੈਗੀ ਹੈ। ਇਹ ਸਾਰਿਆਂ ਨੂੰ ਬੈਠ ਕੇ ਸੋਚਣ ਦੀ ਲੋੜ ਹੈਗੀ ਹੈ। ਇਹ ਠੀਕ ਹੈ ਕਿ ਪੰਜਾਬ ਜ਼ਮੀਨ ਸਭ ਤੋਂ ਮਹਿੰਗੀ ਹੈ, ਉਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਮਿਲਣਾ ਚਾਹੀਦਾ, ਲੇਕਿਨ ਉਹਦੇ ਨਾਲ ਹੋਰ ਵੀ ਬਹੁਤ ਕੁਛ ਹੈਗਾ। ਇਹ ਇਕੱਲੇ ਹਾਈਵੇ ਪੰਜਾਬ ਤਾਂ ਨਹੀਂ ਬਣ ਰਿਹਾ, ਸਾਰੇ ਮੁਲਕ ਦੇ ਵਿੱਚ ਹੀ ਬਣੇ ਆ ਤੇ ਚੱਲ ਰਹੇ ਆ, ਜ਼ਮੀਨਾਂ ਐਕਵਾਇਰ ਹੋ ਰਹੀਆਂ। ਸੋ ਇਹ ਸਾਰੀ ਸਮੱਸਿਆ ਹੈਗੀ ਹੈ, ਇਹ ਡਿਬੇਟ ਕਰਨ ਦੀ ਲੋੜ ਹੈਗੀ। ਆਖਰੀ ਲਫ਼ਜ਼ ਕਹਿਣੇ ਤਾਂ ਨਹੀਂ, ਬਿਲਕੁਲ ਮੈਂ ਇੱਕ ਗੱਲ ਕਹੂੰਗਾ ਕਿ ਉਹ ਜਿਹੜੀ ਪੀ ਐਮ ਮੀਟਿੰਗ ਸੱਦ ਰਿਹਾ ਤੇ ਉਹ ਖਬਰ ਪੜ੍ਹ ਕੇ ਟੋਟਲ ਦੇਖ ਲਓਗੇ, ਮੁੱਦਾ ਸਮਝ ਆ ਜਾਊਗਾ ਮੇਰੇ ਖਿਆਲ। ਉਹ ਲੈਂਡ ਐਕਵੀਜੀਸ਼ਨ ਦਾ ਮੁੱਦਾ ਹੈ, ਲੈਂਡ ਐਕਵੀਜੀਸ਼ਨ ਦਾ ਮੁੱਦਾ 2013 ਮੈਂ ਲੈਂਡ ਐਕਵੀਜੀਸ਼ਨ ਨਹੀਂ ਕਹਿ ਰਿਹਾ ਜੀ, ਮੈਂ ਤਾਂ ਉਹੀ ਕਹਿ ਰਿਹਾ। ਹਾਂਜੀ ਹਾਂਜੀ, ਉਹ ਪ੍ਰੋਬਲਮ ਕੀ ਹੈ ਇਹ ਹੈ ਨਾ, ਇਹ ਨਹੀਂ ਹੈ ਵੀ ਫਾਰਮਰ ਇਸ ਕਰਕੇ ਕਰ ਰਿਹਾ, ਰੌਲਾ ਇਦੂ ਉਲਟ ਹੋ ਜਾਂਦਾ ਹੈ, ਇਹੀ ਨੈਗੇਟਿਵ ਟ੍ਰੈਂਡ ਹੋ ਜਾਂਦਾ। ਉਹਦੇ 'ਚ ਪ੍ਰੋਬਲਮ ਕਿੱਥੇ ਹੈ, ਗੌਰਮੈਂਟ ਕਿੱਥੇ ਹੈ ਅਤੇ ਫਾਰਮਰ ਕਿੱਥੇ ਹੈ? 2013 ਦੇ ਵਿੱਚ ਲੈਂਡ ਐਕਵੀਜੀਸ਼ਨ ਐਕਟ ਗੌਰਮੈਂਟ ਨੇ ਬਣਾਇਆ, ਪਾਰਲੀਮੈਂਟ ਨੇ ਬਣਾਇਆ। ਜੇ ਫਾਰਮਰ ਉਹਨੂੰ ਇੰਪਲੀਮੈਂਟ ਕਰਨ ਦੀ ਮੰਗ ਕਰਦਾ ਤੇ ਗੌਰਮੈਂਟ ਨਹੀਂ ਕਰਦੀ, ਨੈਸ਼ਨਲ ਹਾਈਵੇ ਅਥਾਰਟੀ ਨਹੀਂ ਕਰਦੀ, ਤਾਂ ਰੋਂਗ ਕੌਣ ਹੈ? ਵਿਕਾਸ ਦੇ ਨਾਂ ਤੇ ਦਰੜ ਦਿੱਤਾ ਜਾਊਗਾ ਆਪਦਾ ਹੀ ਕਾਨੂੰਨ, ਉਹ ਕੀ ਪ੍ਰੋਬਲਮ ਹੈ? ਪ੍ਰੋਬਲਮ ਉਹਦੇ 'ਚ ਦੋ ਤਿੰਨ ਨੇ ਬੇਸਿਕ ਪ੍ਰੋਬਲਮ। ਜਿਹੜੀ ਪਹਿਲੀ ਪ੍ਰੋਬਲਮ ਇਹ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਆਉਂਦੇ ਹੀ 2015 ਦੇ ਵਿੱਚ ਆਰਡੀਨੈਂਸ ਜਾਰੀ ਕਰਤਾ ਸੀ ਕਿ ਉਹਨੂੰ ਅਮੈਂਡ ਕਰਨਾ। ਉਹਦੀਆਂ ਦੋ ਵੱਡੀਆਂ ਗੱਲਾਂ ਨੇ, ਇੱਕ ਕਿ ਜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਕੋਈ ਕੰਮ ਕਰਨਾ ਤਾਂ 70% ਪਿੰਡ ਦੇ ਵੋਟਰ ਦੀ ਕੰਸੈਂਟ ਜ਼ਰੂਰੀ ਹੈ ਉਹ ਸਾਰੇ ਮਾਮਲੇ ਦੇ ਵਿੱਚ। ਦੂਜੀ, ਸੋਸ਼ਲ ਇੰਪੈਕਟ ਅਸੈਸਮੈਂਟ ਜ਼ਰੂਰੀ ਹੈ, ਇਕੱਲੇ ਫਾਰਮਰ ਦੀ ਨਹੀਂ। ਜੇ ਫਾਰਮਰ ਦੀ ਲੈਂਡ ਆ ਗਈ, ਬੇਜ਼ਮੀਨ ਦੇ ਬੰਦੇ ਨੇ, ਦੁਕਾਨਦਾਰ ਨੇ, ਉਹ ਜੁੜ ਕੇ ਉਹਨਾਂ ਨੂੰ ਕੀ ਕੰਪਨਸੇਟ ਕਰਨਾ? ਇਹ ਉਸ ਐਕਟ ਦੇ ਵਿੱਚ ਆਇਆ, ਰੀਹੈਬਲੀਟੇਸ਼ਨ ਤੇ ਰੀਸੈਟਲਮੈਂਟ ਸੋਸ਼ਲ ਇੰਪੈਕਟ ਦੇ ਤਹਿਤ। ਉਹਦੇ 'ਚ ਇੱਕ ਇੰਡੀਪੈਂਡੈਂਟ ਬਾਡੀ ਬਣਦੀ ਹੈ, ਦੋ ਸੋਸ਼ਲ ਸਾਇੰਟਿਸਟ ਗੌਰਮੈਂਟ ਤੋਂ ਬਾਹਰ ਦੇ ਬੰਦੇ, ਦੋ ਸਾਇੰਟਿਸਟ ਗੌਰਮੈਂਟ ਦੇ ਆਪਦੇ, ਐਗਰੀਕਲਚਰ ਡਿਪਾਰਟਮੈਂਟ, ਉਹ ਫਿਰ ਸਾਰੀਆਂ ਚੀਜ਼ਾਂ ਤੈਅ ਕਰਦੇ ਨੇ। ਤੇ ਹੁਣ ਬੀਜੇਪੀ ਗੌਰਮੈਂਟ ਨੇ ਕੀ ਕੀਤਾ 10 ਸਾਲਾਂ 'ਚ, ਜਿੱਥੇ ਬੀਜੇਪੀ ਰੂਲਡ ਸਟੇਟਸ ਨੇ, ਇਹ ਕਿਉਂਕਿ ਕਾਂਗਰਸ ਲਿਸਟ ਦਾ ਮਾਮਲਾ ਹੈ, ਉੱਥੇ ਲਾਅ ਅਮੈਂਡ ਕਰਾਤਾ। ਉਹ ਸ਼ਾਇਦ ਉਹਨਾਂ ਏਰੀਆ ਦੇ ਕਿਸਾਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਹੋਣਾ ਕਿ ਲਾਅ ਅਮੈਂਡ ਹੋ ਗਿਆ, ਜੇ ਪਤਾ ਲੱਗ ਗਿਆ ਤਾਂ ਕਹਿੰਦੇ ਆ
ਹੁਣ ਇਹ ਵਜੂਦ ਚ ਨਹੀਂ ਰਿਹਾ, ਇਹ ਕੇਵਲ ਐਕਟ ਰਹਿ ਗਿਆ ਪਾਰਲੀਮੈਂਟ ਦਾ ਵਜੂਦ ਚ ਪੰਜਾਬ ਵਰਗੇ ਨਾਨ ਬੀਜੇਪੀ ਸਟੇਟਸ ਦੇ ਵਿੱਚ। ਜੀ ਤੁਸੀਂ ਚਾਹੁੰਦੇ ਹੋ ਬਲਡੋਜ ਕਰਕੇ ਇੱਥੋਂ ਵੀ ਅਸੀਂ ਚੱਲ ਕਰ ਦਈਏ, ਇਸੇ ਲਈ ਕਾਰਪੋਰੇਟ ਨੂੰ ਸਭ ਤੋਂ ਜ਼ਿਆਦਾ ਜੇਕਰ ਕਾਂਗਰਸ ਨਾਲ ਉਦੋਂ ਯੂਪੀਏ ਗਵਰਨਮੈਂਟ ਨਾਲ ਨਾਰਾਜ਼ ਹੈ, ਜਿਹੜੀ ਜੇ ਇੱਕ ਪੁਆਇੰਟ ਗਿਣਿਆ ਜਾਵੇ ਤਾਂ ਇਹ ਸਭ ਤੋਂ ਬੜਾ ਮੁੱਦਾ ਲੈਂਡ ਦਾ ਮੁੱਦਾ, ਲੈਂਡ ਹਾਸਲ ਕਰ, ਇਹ ਬਹੁਤ ਲੈਂਡ ਦਾ ਮੁੱਦਾ ਬੇਸਿਕ ਮੁੱਦਾ ਹੈ, ਤੇ ਇਹਦੇ ਤੇ ਕਿਵੇਂ ਉਹ ਐਕਟ ਬਣਿਆ, ਕਿਹੜੇ ਹਾਲਾਤਾਂ ਚੋਂ ਆਇਆ, ਉਹ ਐਕਟ ਸਟੱਡੀ ਕਰਕੇ ਉੱਤੇ ਡਿਬੇਟ ਦਾ ਕੁਐਸਚਨ ਹੈ। ਕਿਉਂ ਅਮੈਂਡ ਕਰਨਾ ਚਾਹੁੰਦੇ ਆ ਉਹਨੂੰ, ਕੀ ਡਿਵੈਲਪਮੈਂਟ ਦੇ ਇਹੀ ਰਸਤੇ ਹੋਣਗੇ, ਨੌਣੇ ਪੌਣੇ ਦਾਨ ਤੇ ਜੋ ਮਰਜ਼ੀ ਲੈ ਲਓਗੇ ਤੁਸੀਂ ਲੋਕਾਂ ਦੀ ਗੱਲ, ਆਪਣਾ ਐਕਟ ਤਾਂ ਇੰਪਲੀਮੈਂਟ ਕਰੋ, ਇਹ ਸਭ ਤੋਂ ਬੜਾ ਕੁਐਸਚਨ ਹੈ। ਤੁਸੀਂ ਵੱਡੀਆਂ ਖਬਰਾਂ ਛਾਪਦੇ ਵੀ ਨੇ ਤੇ ਛਪਾਉਂਦੇ ਹੋ, ਵਿਕਾਸ ਰੁਕ ਗਿਆ ਜੀ, ਇਹਦਾ ਮਤਲਬ ਵਿਕਾਸ ਦੇ ਨਾਂ ਤੇ ਸਾਰੀਆਂ ਚੀਜ਼ਾਂ ਦਰੜ ਦਿਓਗੇ, ਫਿਰ ਤਾਂ ਤੁਸੀਂ ਬਾਕੀ ਦੀ ਤਾਂ ਗੱਲ ਇਹ ਵੀ ਸੁਣੀ ਜਾਏਗੀ। ਮੇਰਾ ਕਹਿਣਾ ਇਹ ਹੈ ਕਿ ਦੋਨੋਂ ਟਾਈਪ ਦੀਆਂ ਦਲੀਲਾਂ ਪਬਲਿਕ ਡੋਮੇਨ ਚ ਆਉਣ ਨਾ, ਉਹਦਾ ਦੂਜਾ ਪਾਸਾ ਕਿਸੇ ਖਬਰ ਚ ਦਿਖਾਈ ਨਹੀਂ ਦਿੰਦਾ, ਜੇ ਦੂਜਾ ਪਾਸਾ ਕਿਸੇ ਖਬਰ ਚ ਦਿਖਾਈ ਨਹੀਂ ਦੇਣਾ ਤਾਂ ਦੂਜੇ ਲੋਕਾਂ ਦੇ ਪੱਲੇ ਕਿਵੇਂ ਪਊਗਾ, ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ, ਉਹ ਕਹਿਣਗੇ ਕਿਸਾਨ ਹੀ ਨੇ ਜਿਹੜਾ ਗੜਬੜ ਪੈਦਾ ਕਰਦੇ ਨੇ, ਬਾਕੀ ਤਾਂ ਚੀਜ਼ ਠੀਕ ਹੈ ਸਾਰੀ, ਤਾਂ ਕਾਰਪੋਰੇਟ ਨਾਲ ਨਾਲ ਰਲ ਜੂਗਾ ਸਾਰਾ ਸੈਕਸ਼ਨ, ਫਿਰ ਰਲਿਆ ਤਾਂ ਜੋ ਹੋਊਗਾ ਉਹ ਸਭ ਦਾ ਹੀ ਹੋਣਾ, ਉਹ ਇਕੱਲੇ ਕਿਸਾਨਾਂ ਦਾ ਨਹੀਂ ਹੋਣਾ, ਔਰ ਉਹ ਪੰਜਾਬ ਜਿਹੜੀ ਐਗਜ਼ਿਸਟੈਂਸ ਦੀ ਲੜਾਈ ਲੜ ਰਿਹਾ ਉਹਦੇ ਮੁੱਦੇ ਨੇ ਬੇਸਿਕ। ਮੈਂ ਥੋੜੀ ਜਿਹੀ ਐਡੀਸ਼ਨ ਕਰਦਿਆਂ, ਹਰਮੀਤ ਜੀ ਨੇ ਕਿਹਾ ਵੀ ਸ਼ਾਇਦ ਕਿਸਾਨਾਂ ਨੂੰ ਉੱਥੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ, ਕਿਸਾਨ ਇੰਨੇ ਭੋਲੇ ਆ ਵੀ ਉਹਨਾਂ ਸਟੇਟਸ ਦੇ ਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇੱਥੇ ਅਮੈਂਡਮੈਂਟ ਹੋ ਗਈ, ਇਹ ਨਹੀਂ ਮੇਰੇ ਗੱਲ ਪੱਲੇ ਪਈ। ਹਾਂ ਡਿਬੇਟ ਹੋਣੀ ਚਾਹੀਦੀ ਹੈ, ਜੀ ਜੀ ਨਹੀਂ ਬਿਲਕੁਲ, ਇੱਕ ਮਿੰਟ ਮੈਂ ਇਹ ਕਹਿ ਰਿਹਾ ਜਿਹੜੀ ਗੱਲ ਪਹਿਲਾਂ ਕੀਤੀ ਸੀ, ਸਾਰੇ ਇਸ਼ੂ ਡਿਬੇਟ ਹੋਣੇ ਚਾਹੀਦੇ ਆ ਸਾਰੇ ਪਾਸੇ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ 'ਤੇ ਵੀ ਡਿਬੇਟ ਹੋਣੀ ਚਾਹੀਦੀ, ਮੈਂ ਇੱਥੇ ਅਰਜ਼ ਕਰ ਰਿਹਾ ਜੀ। ਨਹੀਂ ਮੈਂ ਇਹਦੀ ਚੀਜ਼ ਇਹ ਕਹਿ ਰਿਹਾ, ਮੈਂ ਇਦੋਂ ਅਲੱਗ ਕਹਿ ਰਿਹਾ ਵੀ ਕਿਵੇਂ ਦੂਜੇ ਦੇ ਕਿਸਾਨਾਂ ਨੂੰ ਨਹੀਂ ਪਤਾ, ਕਿਉਂਕਿ ਕੋਈ ਸਟੇਟ ਇੱਥੇ ਇਹੋ ਜਿਹੀ ਨਹੀਂ ਜਿੱਥੇ 90% ਇਰੀਗੇਟਡ ਲੈਂਡ ਹੈ ਅਤੇ 100% ਟੂ ਕਰੋਪ ਲੈਂਡ ਹੈ, ਕੋਈ ਸਟੇਟ ਨਹੀਂ ਹੈ, ਬਹੁਤ ਸਟੇਟਾਂ 'ਚ ਇਹੋ ਜਿਹੀ ਸਿੰਗਲ ਕਰੋਪ ਲੈਂਡ ਪਈ ਹੋਈ ਆ, ਉਹਨਾਂ ਨੂੰ ਨਹੀਂ ਪ੍ਰੋਬਲਮ ਹੈ ਸਗੋਂ ਉਸ ਲੈਵਲ 'ਤੇ ਜਿੰਨਾ ਕੰਪਨਸੇਸ਼ਨ ਮਿਲਦਾ। ਇਸੇ ਢੰਗ ਨਾਲ ਜਿਹੜਾ ਮਾਰਕੀਟ ਦਾ ਸੈਟਅਪ ਹੁੰਦਾ ਹੈ, ਬਿਹਾਰ ਦਾ ਮਾਰਕੀਟ ਸਿਸਟਮ 80ਵਿਆਂ 'ਚ ਤੋੜਤਾ, ਉਹਨੂੰ ਪਤਾ ਹੀ ਨਹੀਂ MSP ਕੀ ਹੁੰਦੀ ਆ, ਹੁਣ ਜਾ ਕੇ ਜਦੋਂ ਲੀਡਰ ਜਾਂਦੇ ਅੱਛਾ ਕਹਿੰਦੇ ਇਹ ਹੁੰਦਾ। ਹੁਣ CACP ਦੀ ਰਿਪੋਰਟ ਪਈ ਆ ਖਰੀਫ ਦੀ 2024-25 ਦੀ, ਪੜ੍ਹੀ ਜਾ ਸਕਦੀ ਆ ਇਸ ਲਈ, ਜਿਹੜਾ ਉਹ ਕਹਿੰਦੇ ਨੇ ਚੌਲ ਤਾਮਿਲਨਾਡੂ ਬਿਹਾਰ ਯੂਪੀ ਤੇ ਇੱਥੋਂ ਕਿਉਂ ਖਰੀਦਣੇ ਨੇ ਸਭ ਤੋਂ ਜ਼ਿਆਦਾ, ਕਿਉਂਕਿ ਉਹਨਾਂ ਨੂੰ ਘਾਟਾ ਪੈ ਰਿਹਾ ਉੱਥੇ, MSP ਤੇ ਨਹੀਂ ਹੈ ਜੀ, MSP ਤੇ ਸਭ ਤੋਂ ਜ਼ਿਆਦਾ ਉੱਥੋਂ ਖਰੀਦੋ, ਬਾਕੀ ਸਟੇਟਾਂ ਛੱਡ ਦਿਓ। ਹੁਣ ਪਤਾ ਲੱਗੂਗਾ ਉਹਨਾਂ ਨੂੰ ਕਿ MSP ਕੀ ਹੁੰਦੀ ਹੈ, ਅਤੇ ਦੂਜੀ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਨੇ ਉਹਦੇ 'ਚ, ਜਦੋਂ ਤੱਕ ਇੱਕ ਸਟੇਟ ਕਈ ਕਦਮ ਅੱਗੇ ਚੱਲ ਜਾਂਦੀ ਹੁੰਦੀ ਹੈ। ਪੰਜਾਬ ਐਟ ਪਰ ਯੂਰਪ ਹੈ ਐਗਰੀਕਲਚਰ ਦੀ ਡਿਵੈਲਪਮੈਂਟ ਦੇ ਨਾਲ ਨਾਲ, ਕਿਤੋਂ ਘੱਟ ਨਹੀਂ ਹੈ, ਅਜੇ ਬਾਕੀ ਸਟੇਟਾਂ ਨੇ ਉਹ ਸਫ਼ਰ ਪੂਰਾ ਕਰਨਾ, ਜਦੋਂ ਉੱਥੇ ਤੱਕ ਆਉਣਗੀਆਂ ਸ਼ਾਇਦ ਉਹਨਾਂ ਦੀ ਵੀ ਸੋਝੀ ਦਾ ਹਿੱਸਾ ਬਣ ਜਾਊਗਾ ਕਿ ਐਗਰੀਕਲਚਰ ਕਿੱਧਰ ਨੂੰ ਜਾਂਦੀ। ਨਹੀਂ ਮੈਂ ਇੱਕ ਅਡੀਸ਼ਨ ਹੋਰ ਕਰਨਾ, ਹਾਂਜੀ, ਪੰਜਾਬ ਫਰਕ ਇੱਥੇ ਹੈ, ਤੁਸੀਂ ਪੂਰੀ ਗੱਲ ਹੀ ਕੀਤੀ ਹੈ ਜੀ, ਮੈਂ ਪੂਰੀ ਕਰ ਦਿੰਦਾ, ਜਦੋਂ ਬਾਕੀ ਮੁਲਕ ਦੇ ਵਿੱਚ ਸੋਕਾ ਪੈਂਦਾ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਵੱਧ ਜਾਂਦੀ, ਸੋਕਾ ਇੱਥੇ ਵੀ ਪਿਆ ਹੁੰਦਾ, ਅਸੀਂ ਤਾਂ ਕੇਂਦਰ ਦੇ ਵਿੱਚ ਇਹ ਵੀ ਨਹੀਂ ਦੱਸ ਸਕੇ ਵੀ ਜਿਹੜੇ ਸਾਡੇ ਸੋਕੇ ਦੀ ਡੈਫੀਨੇਸ਼ਨ ਹੈ ਇਹ ਕੀ ਹੈ, ਇਹ ਕਸੂਰ ਕੇਂਦਰ ਦਾ ਨਹੀਂ ਹੈ ਕਿ ਅਸੀਂ ਉੱਥੇ ਦੱਸ ਹੀ ਨਹੀਂ ਸਕੇ ਸਾਡਾ ਮਾਡਲ ਕੀ ਹੈ। ਇੱਥੇ ਕ੍ਰਾਪਿੰਗ ਪੈਟਰਨ ਮੋਸਟ ਇੰਟੈਂਸਿਵ ਹੈ ਅਤੇ ਆਲਮੋਸਟ 99.9% ਜ਼ਮੀਨ ਅੰਡਰ ਇਰੀਗੇਸ਼ਨ ਹੈ, ਇਹ ਹਿੰਦੁਸਤਾਨ ਦੇ ਵਿੱਚ ਹੋਰ ਕਿਸੇ ਥਾਂ 'ਤੇ ਨਹੀਂ ਹੈ, ਸਿਰਫ ਡਬਲ ਕ੍ਰਾਪਿੰਗ ਪੈਟਰਨ ਨਹੀਂ ਹੈ, ਇੱਥੇ ਤਿੰਨ ਤਿੰਨ ਕ੍ਰਾਪਸ ਲਈਆਂ ਜਾਂਦੀਆਂ ਕਈ ਵਾਰੀ, ਇਹ ਅਸੀਂ ਦਿੱਲੀ ਦੇ ਵਿੱਚ ਕਦੇ ਸਮਝਾ ਹੀ ਨਹੀਂ ਸਕੇ
ਕਿ ਸਾਡੀ ਸਮੱਸਿਆ ਕੀ ਹੈ। ਜਦੋਂ ਮੈਂ ਡਿਬੇਟ ਦੀ ਗੱਲ ਕਰਦਾ, ਮੈਂ ਇਹ ਸਾਰਾ ਇਨਕਲੂਡ ਕਰਦਾ, ਨਾ ਸਰਕਾਰਾਂ ਸਾਡੀਆਂ ਦੱਸ ਸਕੀਆਂ, ਨਾ ਜਿਹੜੇ ਸਾਡੇ ਸਕਾਲਰਸ ਹੈਗੇ ਆ ਉਹ ਦਿੱਲੀ ਦੇ ਵਿੱਚ ਸਾਰੇ ਵਿੱਚ ਕਿਤੇ ਲਿਖਿਆ ਵੀ ਨਹੀਂ ਜਾਂਦਾ ਪ੍ਰੋਪਰ ਆਰਟੀਕਲ ਕਿ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਹੈਗੀ ਹੈ ਇਹ ਸਾਰੇ ਮੁਲਕ ਤੋਂ ਐਗਰੀਕਲਚਰ ਦੀ ਬਿਲਕੁਲ ਅਲੱਗ ਹੈ। ਮੇਰਾ ਪੁਆਇੰਟ ਇੱਥੇ ਕਾਸ਼ ਇਹ ਸਾਡੀਆਂ ਸਰਕਾਰਾਂ ਲਈ ਖੇਤੀ ਸੈਕਟਰ ਤਰਜੀਹੀ ਸੈਕਟਰ ਬਣ ਜੇ। ਵੈਸੇ ਤਾਂ ਡਿਬੇਟਸ ਵੀ ਉਹਨਾਂ ਦੀ ਵੀ ਅਣਹੋਂਦ ਹੈ, ਅਤੇ ਜਿਹੜੇ ਸਾਡੇ ਖੇਤੀ ਦੇ ਦਾਨਿਸ਼ਵਰ ਹੈਗੇ ਆ ਮਾਹਿਰ ਵਿਦਵਾਨ ਉਹ ਵੀ ਹੁਣ ਸ਼ਾਇਦ ਜਿਹੜਾ ਈਜ਼ੀ ਗੋਇੰਗ ਹੋ ਗਏ ਆ, ਕੰਫਰਟ ਜ਼ੋਨ 'ਚ ਹੀ ਨੇ, ਬਹੁਤੇ ਤਾਂ ਵਿਦੇਸ਼ੀ ਵੱਸ ਗਏ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ।